ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਉਂ ਬੁਲਾਵੇ ਤੋਂ ਬੁਲੇ ਸੁਆਮੀ ਕੁਦਰਤ ਕੰਮ ਹਮਾਰੀ ਸਾਧ ਸੰਗ ਨਾਨਕ ਦੱਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗਿਆਨ ਧਿਆਨ ਕਿਛ ਕਰ ਬੇ ਨਾ ਜਾਣਾ ਸਾ ਪਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਲ ਸਮਸਿਕ ਸੰਗਤਾਂ ਭਾਈ ਭਾਈ ਵਡਭਾਗੇ ਧੰਤਾਂ ਦੇ ਯੋਗੋ ਜੋ ਕਿ ਇਸ ਵਕਤ ਜੁਗੋ ਜੁਗੇ ਅਟਲ ਗੱਦੀ ਦੇ ਸੁਭਾਜਮਾਨ ਚਰ ਤਖ ਦੇ ਬਾਲਕ ਹਰ ਹਰ ਸਿੰਘ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਵਿੱਤਰ ਗੁਰ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦਾ ਆਨੰਦ ਮਾਣਦੇ ਹੋਏ ਆਪਣੇ ਜੀਵਨ ਦੀਆਂ ਕੁਛ ਘੜੀਆਂ ਸਮਈਆਂ ਬਣਾ ਰਹੇ ਹੋ ਵੱਡਿਆਂ ਭਾਗਾਂ ਵਾਲੇ ਹੋ ਆਓ ਗੁਰੂ ਚਰਣਾਂ ਵਿੱਚ ਬੈਠ ਕੇ ਸਤਿਗੁਰਾਂ ਦੇ ਪਵਿੱਤਰ ਇਤਿਹਾਸ ਸਰਵਣ ਕਰਕੇ ਰਾਹ ਲੈ ਕੇ ਤੰਤਾ ਦੇ ਯੋਗ ਬਣੀਏ। ਕੱਲ੍ਹ ਆਪਾਂ ਨੇ ਸਰਵਣ ਕੀਤਾ ਸੀ ਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕੈਂਥਲ ਤੋਂ ਬਾਰਨੇ ਪਿੰਡ ਪਹੁੰਚੇ ਹੋਏ ਹੈ ਅਤੇ ਜਦੋਂ ਹੁਣ ਇੱਕੋ ਹੀ ਸਿੱਖਾਂ ਦਾ ਘਰ ਹੈ ਉਹਨੂੰ ਬੁਲਾਇਆ ਗਿਆ ਅਤੇ ਉਹ ਬੜੀ ਕਾਹਲ ਵਿੱਚ ਆਇਆ ਬੜੀ ਕਾਹਲ ਵਿੱਚ ਆ ਕੇ ਅਤੇ ਸਤਿਗੁਰਾਂ ਦੇ ਚਰਣਾਂ ਵਿੱਚ ਬੇਨਤੀ ਕਰਦਾ ਹੈ ਕਹਿੰਦਾ ਸਤਿਗੁਰੂ ਮੇਰੀ ਜ਼ਮੀਨ ਮਿਲਣ ਵਾਸਤੇ ਪਟਵਾਰੀ ਆਇਆ ਹੋਇਆ ਅਤੇ ਮੇਰਾ ਉੱਥੇ ਜਾਣਾ ਜ਼ਰੂਰੀ ਹੈ ਮੇਰਾ ਉੱਥੇ ਜਾਣਾ ਜ਼ਰੂਰੀ ਹੈ ਜੇ ਮੈਂ ਨਾ ਗਿਆ ਤਾਂ ਉਹ ਵਾਧੂ ਮਾਮਲਾ ਜਿਹੜਾ ਉਹ ਮੈਨੂੰ ਲਗਾ ਦੇਵੇਗਾ ਇਸ ਵਾਸਤੇ ਮੈਂ ਆਪਣੇ ਖੇਤ ਵਿਖੇ ਜਾ ਕੇ ਅਤੇ ਪਟਵਾਰੀ ਨੂੰ ਮਿਲ ਕੇ ਜਿਤਨਾ ਵੀ ਸਹੀ ਹਾਲਾ ਬਣਦਾ ਉਤਨਾ ਲਵਾ ਕੇ ਤੁਹਾਡੇ ਪਾਸ ਵਾਪਸ ਆ ਜਾਵਾਂਗਾ ਤੁਸੀਂ ਮੇਰੇ ਗ੍ਰਹਿ ਵਿਖੇ ਚੱਲੋ ਅਤੇ ਜਾ ਕੇ ਡੇਰਾ ਕਰੋ ਮੈਂ ਜਲਦੀ ਆ ਕੇ ਅਤੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਜਾਵਾਂਗਾ ਸਤਿਗੁਰਾਂ ਨੇ ਇਹਨੂੰ ਮਨ੍ਹਾ ਕੀਤਾ ਕਹਿਣ ਲੱਗੇ ਭਾਈ ਸਿੱਖਾ ਤੂੰ ਸੇਵਾ ਵਿੱਚ ਹਾਜ਼ਰ ਹੋ ਤੇਰੀ ਜ਼ਮੀਨ ਦਾ ਤੇਰੇ ਅੰਨ ਧਨ ਦਾ ਜਿਹੜਾ ਰਾਖਾ ਉਹ ਆਪ ਪਰਮੇਸ਼ੁਰ ਹੋਵੇਗਾ ਅਤੇ ਕਿਸੇ ਤਰ੍ਹਾਂ ਵੀ ਪਟਵਾਰੀ ਤੈਨੂੰ ਵੱਧ ਹਾਲਾ ਨਹੀਂ ਲਾ ਸਕੇਗਾ ਘੱਟ ਤੋਂ ਘੱਟ ਹਾਲਾ ਆਉਣਾ ਕਰੇਗਾ ਪਰ ਇਹ ਮੰਨਿਆ ਲਈ ਮਨ ਦੇ ਵਿੱਚ ਸ਼ੰਕਾ ਹੈ ਕਿ ਜਦੋਂ ਬਹੁਤਾ ਕਹਿਣ 'ਤੇ ਵੀ ਇਸ ਕਹਾਣੀ 'ਤੇ ਨਾ ਆਇਆ ਅਤੇ ਸਤਿਗੁਰੂ ਕਹਿੰਦੇ ਜਾਓ ਤੁਸੀਂ ਜਾ ਕਰਕੇ ਨਾ
ਇੱਕ ਸਾਈਡ 'ਤੇ ਹੋ ਕੇ ਖਲੋ ਜਿਓ, ਬੋਲਿਓ ਨਾ, ਤੁਹਾਡਾ ਕਾਰਜ ਜਿਹੜਾ ਇਹ ਰਾਸ ਹੋ ਜਾਵੇਗਾ। ਤੁਸੀਂ ਬੋਲਣਾ ਨਹੀਂ, ਇੱਕ ਪਾਸੇ ਹੋ ਕੇ ਖੜ ਜਾਣਾ। ਸੋ ਆਓ ਹੁਣ ਇਸ ਤੋਂ ਅੱਗੇ ਇਤਿਹਾਸ ਨੂੰ ਆਪਾਂ ਸਰਵਣ ਕਰਾਂਗੇ ਕਿ ਕਿੱਦਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਰਹਿਮਤਾਂ ਵਰਤਾਉਂਦੇ ਹੈ। ਇਹ ਜਾ ਕੇ ਇੱਕ ਪਾਸੇ ਇੱਕ ਵੱਟ 'ਤੇ ਖਲੋ ਗਿਆ ਅਤੇ ਦੇਖ ਰਿਹਾ ਕਿ ਪਟਵਾਰੀ ਕਿੱਦਾਂ ਲਿਖਦਾ ਜਾਂ ਕਿੱਦਾਂ ਬੇਨਤੀ ਕਰਦਾ ਹੈ। ਆਓ ਹੁਣ ਇਸ ਤੋਂ ਅੱਗੇ ਇਤਿਹਾਸ ਨੂੰ ਸਰਵਣ ਕਰੀਏ। ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਨੋ ਬੈਣ ਪਿਆਨੋ ਕੀਨਾ, ਜਹਾਂ ਕੁੱਤ ਕੋ ਵਿਚਰਤ ਚੀਨਾ, ਸਿੱਖ ਕਦਾ ਟਿਕ ਪਹੁੰਚੋ ਆਏ, ਛਿਤ ਕੋ ਮਿਨ ਸੋਏ ਦੁੱਧ ਜਾਏ। ਕਿ ਜਦੋਂ ਸਤਿਗੁਰਾਂ ਨੇ ਇਹ ਬਚਨ ਕੀਤਾ ਅਤੇ ਸਤਿਗੁਰਾਂ ਦੇ ਬਚਨ ਨੂੰ ਮੰਨ ਕੇ ਇਹ ਸਿੱਖ ਜਿਹੜਾ ਸੀ ਆਪਣੇ ਖੇਤ ਵਿੱਚ ਚਲਿਆ ਗਿਆ। ਸਤਿਗੁਰਾਂ ਦਾ ਬਚਨ ਮੰਨ ਕੇ ਇਹ ਆਪਣੇ ਖੇਤ ਵਿੱਚ ਚਲਿਆ ਗਿਆ ਅਤੇ ਜਿੱਥੇ ਉਪਜ ਦਾ ਅੰਦਾਜ਼ਾ ਲਗਾਉਣ ਵਾਲੇ ਪਟਵਾਰੀ ਨੂੰ ਜਾਂ ਹੋਰ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਦੇਖਣਾ ਕੀਤਾ। ਹੁਣ ਸਿੱਖ ਆਪਣੇ ਖੇਤ ਦੇ ਪਾਸ ਪਹੁੰਚ ਗਿਆ, ਜਾ ਕੇ ਇੱਕ ਵੱਟ ਦੇ ਉੱਤੇ ਇਹਨੇ ਖਲੋਣਾ ਕੀਤਾ ਕਿ ਕਿੱਦਾਂ ਅਤੇ ਕਿਵੇਂ ਇਹ ਪਟਵਾਰੀ ਖੇਤ ਦੀ ਗਿਣਤੀ ਮਿਣਤੀ ਕਰਦਾ। ਇਹ ਇੱਕ ਸਾਈਡ 'ਤੇ ਹੋ ਕੇ ਖੜ ਗਿਆ, ਦੇਖਣਾ ਚਾਹੁੰਦਾ ਸੀ ਕਿਹੜੇ ਹਿਸਾਬ ਦੇ ਨਾਲ ਬੇਨਤੀ ਹੁੰਦੀ ਹੈ। ਜ਼ਮੀਨ ਦੀ ਗਿਣਤੀ ਕਰਦੇ ਹੁਣ ਪਟਵਾਰੀ ਕਦੇ ਉਸ ਪਾਸੇ ਜਾਂਦਾ, ਕਦੇ ਉਸ ਪਾਸੇ ਜਾਂਦਾ। ਹੁਣ ਨਾਲ ਦੇ ਬੰਦਿਆਂ ਨੂੰ ਇਹਨੇ ਜਰੀਬ ਪਕੜਾ ਕਰਕੇ ਅਤੇ ਵਾਰ ਵਾਰ ਪੈਰੀ ਨੂੰ ਮਿੰਨਾ ਕੀਤਾ, ਕਿਉਂਕਿ ਖੇਤ ਦੀ ਗਿਣਤੀ ਮਿਣਤੀ ਕਰਕੇ ਇਸਨੇ ਹਾਲਾ ਲਗਾਉਣਾ ਸੀ ਅਤੇ ਫਿਰ ਕਦੇ ਉਸ ਪਾਸੇ ਕਦੇ ਉਸ ਪਾਸੇ ਜਾ ਕੇ ਇਹ ਮਿਣਤੀ ਕਰਦੇ ਹਨ। 200 ਬੀਕੇ ਖੇਤ ਬਸਾਨਾ, 100 ਜਨ ਮਿਣ ਕਰਤ ਸਕਾਲਾ, ਲਿਖਣ ਲੱਗੇ ਤਬ ਜਾਟ ਸ਼ਰੀਕਾ, ਬੋਲੋ ਇਹ ਨਾ ਮਿਣੀ ਛਿਤ ਠੀਕਾ। ਕਿ ਇਸ ਜ਼ਿਮੀਦਾਰ ਸਿੱਖ ਦਾ 200 ਬੀਘਾ ਜ਼ਮੀਨ ਸੀ, ਇਤਿਹਾਸ ਮੁਤਾਬਕ 200 ਬੀਘੇ ਖੇਤ ਬਸਾਲਾ। ਕਿ ਹਰ ਛਮਾਹੀ ਬਾਅਦ ਇਹ 200 ਬੀਘੇ ਦਾ ਹਾਲਾ ਭਰਦਾ ਸੀ, ਮਾਮਲਾ ਭਰਦਾ ਸੀ। ਹੁਣ ਜਦੋਂ ਅੱਜ ਹੁਣ ਬੇਨਤੀ ਹੋ ਰਹੀ ਹੈ ਨਾ, ਅਤੇ ਸਤਿਗੁਰਾਂ ਨੇ ਐਸੀ ਰਹਿਮਤ ਵਰਤਾਰਾ ਕੀਤੀ, ਇੱਦਾਂ ਕਿਰਪਾ ਕੀਤੀ ਕਿ ਜਿਹੜਾ ਇਹ 200 ਬੀਘਿਆਂ ਦਾ ਖੇਤ ਸੀ ਨਾ, ਇਹ ਮਿਣਤੀ ਦੇ ਵਿੱਚ 100 ਬੀਘੇ ਦਾ ਹੀ ਖੇਤ ਆਉਣਾ ਕੀਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਅੱਧਾ ਘੱਟ ਗਿਆ। ਹੁਣ ਮਿਣਤੀ ਤਾਂ ਉਹੀ ਹੈ, ਜਰੀਬ ਉਹੀ ਹੈ ਅਤੇ ਮਿਣਨ ਵਾਲੇ ਵੀ ਉਹੀ ਬੰਦੇ ਹੈ, ਪਰ ਸਤਿਗੁਰਾਂ ਨੇ ਐਸਾ ਕੌਤਕ ਵਰਤਾਇਆ ਕਿ 200 ਬੀਘੇ ਦੀ ਥਾਂ 'ਤੇ ਇਹ 100 ਬੀਘੇ ਜ਼ਮੀਨ ਹੋਣਾ ਕਰਦੀ ਹੈ। ਲਿਖਣ ਲੱਗੇ ਤਬ ਜਾਟ ਸਰੀਕਾ, ਕਹਿੰਦੇ ਕਿ ਜਦੋਂ ਸ਼ਰੀਕੇ ਵਾਲੇ ਜੱਟ ਲਿਖਣ ਲੱਗੇ ਨਾ ਕਿ 100 ਬੀਘੇ ਦਾ ਮਾਮਲਾ ਲੱਗੇਗਾ ਫਲਾਣਾ ਸਿੰਘ ਨੂੰ, ਬੋਲੋ ਇਹਨਾਂ ਮਿਣੀ ਛਿਤ ਠੀਕਾ, ਅਤੇ ਇਹ ਰਹਿ ਨਹੀਂ ਸਕਿਆ, ਇਹ ਬੋਲ ਪਿਆ। ਹੁਣ ਇਹਦੇ ਮਨ ਦੇ ਵਿੱਚ
ਭਰਮ ਪੈ ਗਿਆ ਕਿ ਜ਼ਮੀਨ ਘੱਟ ਗਈ, ਮੇਰੀ ਬਾਲਕੀ ਘੱਟ ਗਈ, ਇਹ ਕੀ ਹੋਇਆ। ਇਹਨੇ ਲਾਗਿਓਂ ਗੁਰੜਾ ਕੀਤਾ, ਕਹਿੰਦਾ ਬਈ ਨਹੀਂ ਨਹੀਂ, ਜ਼ਮੀਨ ਦੀ ਮਿਣਤੀ ਜਿਹੜੀ ਹੈ, ਕਹਿੰਦਾ ਠੀਕ ਨਹੀਂ ਹੋਣਾ ਕੀਤੀ, ਜ਼ਮੀਨ ਦੀ ਗਿਣਤੀ ਮਿਣਤੀ ਠੀਕ ਨਹੀਂ ਹੋਣਾ ਕੀਤੀ, ਫਿਰ ਤੁਹਾਨੂੰ ਚੰਗੀ ਤਰ੍ਹਾਂ ਦੇਖ ਲੈਣਾ ਚਾਹੀਦਾ ਹੈ। ਫੋਟੋ ਖੇਤ ਸੋ ਸਹਿਜੀ ਸਦਾ ਕਰਦ ਰਹੇ ਕਣਕੂ ਜਦ ਕਹਦਾ ਅਬ ਕਿਵ ਕਮੀ ਉਤਾਰਨ ਕਰੋ ਇਸ਼ਦ ਕੁਨ ਦਹਾਲਾ ਭਰੋ। ਕਹਿੰਦਾ ਕਿ ਬਈ ਮੇਰਾ ਖੇਤ ਤੇ 200 ਬਿਘੇ ਹੈ, ਤੁਸੀਂ ਕਿਵੇਂ 100 ਬਿਘਾ ਕਰ ਦਿੱਤਾ, ਇਤਨੀ ਮੇਰੀ ਜ਼ਮੀਨ ਕਿਵੇਂ ਘਟਾੜਾ ਕੀਤੀ ਹੈ, 200 ਬਿਘਾ ਮੇਰੀ ਜ਼ਮੀਨ ਹੈ ਅਤੇ ਜਦ ਕਦੇ ਵੀ ਇਹਨਾਂ ਖੇਤਾਂ ਦੀ ਤੁਸਾਂ ਨੇ ਮਿਣਤੀ ਕੀਤੀ ਅਤੇ 200 ਬਿਘੇ ਮੇਰੀ ਜ਼ਮੀਨ ਨਿਕਲਦੀ ਹੈ ਅਤੇ 200 ਬਿਘੇ ਦਾ ਮੈਂ ਹਾਲਾ ਭਰਦਾ, ਹਰ ਛਮਾਹੀ 200 ਬਿਘੇ ਦਾ ਹਾਲਾ ਭਰਿਆ ਜਾਂਦਾ ਅਤੇ ਹੁਣ ਕਿਵੇਂ ਮੇਰੀ ਜ਼ਮੀਨ ਘੱਟ ਗਈ, ਕਿਤਨੇ ਲੰਬੇ ਸਮੇਂ ਤੋਂ ਅਤੇ 200 ਬਿਘੇ ਦਾ ਮਾਮਲਾ ਭਰਦਾ ਉਹਨਾਂ ਅਤੇ ਹੁਣ ਇਹ ਜ਼ਮੀਨ ਕਿਵੇਂ ਮੇਰੀ ਘਟਨਾ ਕੀਤੀ ਹੈ, ਕਿਉਂਕਿ ਮੈਂ ਤਾਂ ਸਦਾ 200 ਬਿਘੇ ਦਾ ਹਾਲਾ ਭਰਦਾ ਆ ਰਿਹਾ ਹਾਂ। ਮਿਲਣਹਾਰ ਕੋ ਕਾਸ਼ੋ ਕਹੋ ਇਹ ਕਿਆ ਕਰੋ ਦਰਬ ਤੇ ਲਹੋ ਅਰਧ ਮਾਮਲਾ ਦਇਓ ਵਿਗਾਰ ਭਰ ਲੈ ਹੈ ਤੁਝ ਕੋ ਬਹੁ ਮਾਰ। ਅਤੇ ਜਦੋਂ ਹੁਣ ਇਹ ਕੁਛ ਹੋਇਆ ਨਾ, ਇਹ ਜੱਟ ਸਿੱਖ ਰਹਿ ਨਹੀਂ ਸਕਿਆ ਬੁਰਨੋਂ, ਇਹਨੇ 100 ਤੋਂ 200 ਬਿਘਾ ਦੱਸਿਆ, ਪਟਵਾਰੀ ਨੇ ਫਿਰ ਆਪਣੇ ਨਾਲ ਦੇ ਮਿਲਣ ਵਾਲੇ ਬੰਦੇ ਨੂੰ ਘੂਰ ਕੇ ਝਿੜਕੇ ਪੈਣਾ ਕੀਤਾ, ਝਿੜਕੇ ਪੈਣਾ ਕੀਤਾ, ਕਹਿਣ ਲੱਗਾ ਓਏ ਕਿਤੇ ਤੂੰ ਇਹਦੇ ਤੋਂ ਪੈਸੇ ਤਾਂ ਨਹੀਂ ਲੈਣਾ ਕੀਤੇ, ਜਾਂ ਪੈਸੇ ਲੈਣੇ ਤਾਂ ਨਾ ਕੀਤੇ, ਜਿਹੜਾ ਕਿ ਅੱਧੀ ਜ਼ਮੀਨ ਤੂੰ ਇਹਦੀ ਮਿਲੀ ਜਾ ਰਿਹਾ ਅਤੇ ਅੱਧਾ ਮਾਮਲਾ ਸਰਕਾਰ ਦਰਬਾਰ ਦਾ ਵਿਗਾੜ ਦਿੱਤਾ ਕਿ ਜਿੱਥੇ ਦੁੱਗਣਾ ਮਾਮਲਾ ਜਾਣਾ ਉੱਥੇ ਅੱਧਾ ਹੀ ਜਾਏਗਾ, ਕਿ ਗੱਲ ਤੂੰ ਕੋਈ ਰਿਸ਼ਵਤ ਤਾਂ ਨਹੀਂ ਲੈਣਾ ਕੀਤੇ, ਕੋਈ ਤੇਰੇ ਵਿੱਚ ਇੱਦਾਂ ਦਾ ਖੋਟ ਤਾਂ ਨਹੀਂ ਕਿ ਤੈਨੂੰ ਮਾਰ ਪਵਾ ਕੇ ਅਤੇ ਮੈਂ ਫਿਰ ਸਾਰਾ ਮਾਮਲਾ ਭਰ ਲਵਾਂਗਾ। ਪਟਵਾਰੀ ਦੇ ਕਹਿਣ ਦਾ ਮਤਲਬ ਸੀ ਕਿ ਜੇ ਇੱਦਾਂ ਦੀ ਕੋਈ ਬੇਈਮਾਨੇ ਵਾਲੀ ਗੱਲ ਕੀਤੀ ਤਾਂ ਸਾਰਾ ਹਿਸਾਬ ਕਿਤਾਬ ਤੇਰੇ ਤੋਂ ਲਿਆ ਜਾਏਗਾ, ਤੇਰੇ ਤੋਂ ਮਾਮਲਾ ਲਿਆ ਜਾਏਗਾ, ਜੱਟ 'ਤੇ ਜਾਏਗਾ ਛੁੱਟ, ਪਰ ਤੂੰ ਨਹੀਂ ਛੁੱਟੇਗਾ। ਕਿਉਂਕਿ ਗੁਰੂ ਪਿਆਰੇ ਸਾਧ ਸਿੰਘ ਜੀ ਇਹ ਸ਼ੁਰੂ ਤੋਂ ਹੀ ਇਹ ਕੰਮ ਚੱਲਦੇ ਆ ਰਹੇ ਹੈ, ਸ਼ੁਰੂ ਤੋਂ ਹੀ ਇਹ ਕੰਮ ਚੱਲਦੇ ਆ ਰਹੇ ਹੈ। ਪਟਵਾਰੀ ਨੇ ਬੜਾ ਘੂਰ ਕੇ ਆਪਣੇ ਨਾਲ ਦੇ ਸਾਥੀ ਨੂੰ ਕਿਹਾ, ਜਾਪਦਾ ਕਿ ਤੂੰ ਕੋਈ ਰਿਸ਼ਵਤ ਲੈਣੀ ਦੇਣੀ ਕੀਤੀ ਹੈ, ਜਿਹੜਾ ਕਿ ਇੱਦਾਂ ਜ਼ਮੀਨ ਅੱਧੀ ਘਟਾਈ ਜਾਂਦਾ ਅਤੇ ਸਰਕਾਰ ਦਰਬਾਰ ਨੂੰ ਬੜਾ ਘਾਟਾ ਪਾਉਣਾ ਚਾਹੁੰਦਾ, ਜੇ ਇੱਦਾਂ ਦੀ ਗੱਲ ਨਿਕਲੀ ਤਾਂ ਤੇਰੇ ਪਾਸੋਂ ਇਹ ਮਾਮਲਾ ਲਿਆ ਜਾਏਗਾ, ਤੈਨੂੰ ਬਖਸ਼ਿਆ ਨਹੀਂ ਜਾਏਗਾ, ਸਿਆਣਾ ਬਣ ਅਤੇ ਦੁਬਾਰੇ ਇਸ ਜ਼ਮੀਨ ਦੀ ਗਿਣਤੀ ਕਰ। ਇਹਨੇ ਦੁਬਾਰੇ ਮਿਣਤੀ ਕਰਨ ਵਾਸਤੇ ਕਹਿ ਦਿੱਤਾ, ਸੁਣ ਕੇ ਕਾਹੋਰ ਦੇ ਡਰ ਕੀਨ ਮੈਂ ਆਪਣੀ ਪਾਸ਼ੈ ਮਿਲਲੇਹਨ ਕਰੋ ਬਲੋਕਨ ਪੁਨ ਮੈਂ ਮਿਨੋ ਚੌਕਸ ਹੋਏ ਭਲੀ ਬਿਦਗਿਨ। ਅਤੇ ਜਿਹੜਾ ਮਿਲਣ ਵਾਲਾ ਸੀ ਉਹ ਬੜਾ ਡਰ ਗਿਆ, ਸਹਿਮ ਗਿਆ, ਕੰਬ ਗਿਆ, ਕਹਿਣ ਲੱਗਾ ਪਟਵਾਰੀ ਸਾਹਿਬ
ਮੈਂ ਤਾਂ ਬੜੇ ਸੋਹਣੇ ਢੰਗ ਦੇ ਨਾਲ ਬੇਨਤੀ ਕੀਤੀ ਹੈ, ਮੇਰੇ ਵਿੱਚ ਕੋਈ ਹੇਰ ਫੇਰ ਨਹੀਂ, ਮੇਰੇ ਵਿੱਚ ਕੋਈ ਹੇਰ ਫੇਰ ਨਹੀਂ, ਮੈਂ ਸੋਹਣੇ ਢੰਗ ਦੇ ਨਾਲ ਬੇਨਤੀ ਕੀਤੀ ਹੈ। ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਫੇਰ ਤੁਹਾਡੇ ਸਾਹਮਣੇ ਮਿਲ ਦਿੰਦਾ, ਤੁਹਾਡੇ ਸਾਹਮਣੇ ਫੇਰ ਮਿਲ ਦਿੰਦਾ। ਮੇਰੇ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਹੇਰ ਫੇਰ ਨਹੀਂ, ਕੋਈ ਬੇਈਮਾਨਾ ਨਹੀਂ। ਮੈਂ ਤਾਂ ਤਨ ਦੇਹੀ ਦੇ ਨਾਲ ਆਪਣਾ ਕੰਮ ਕਰ ਰਿਹਾ, ਸਾਫ਼ ਸੁਥਰੀ ਡਿਊਟੀ ਕਰ ਰਿਹਾ। ਮੈਂ ਕਦਾ ਚਿੱਤ ਵੀ ਕੋਈ ਕਿਸੇ ਤੋਂ ਦੀਵਾਨੀ ਨਹੀਂ ਲੈਣਾ ਕੀਤੀ ਨਾ ਕੀਤੀ ਹੈ ਅਤੇ ਨਾ ਹੀ ਲੈਣਾ ਕਰਾਂਗਾ। ਮੇਰੇ ਵਿੱਚ ਕੋਈ ਹੇਰ ਫੇਰ ਨਹੀਂ, ਮੈਂ ਤਾਂ ਵਧੀਆ ਢੰਗ ਦੇ ਨਾਲ ਮਿਲਣਾ ਕੀਤਾ। ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਫੇਰ ਚੌਕਸ ਹੋ ਕੇ ਅਤੇ ਸੋਹਣੇ ਢੰਗ ਦੇ ਨਾਲ ਇਹਦੀ ਜ਼ਮੀਨ 'ਤੇ ਬੇਨਤੀ ਕਰ ਦੇਵਾਂਗਾ। ਬਾਹਰ ਜੇ ਬਰੀ ਲਾਗੇ ਪਾਵਨ, ਅਬਰ ਕਰੋ ਨਰੇ ਇੱਕ ਮਿਲਾਵਨ, ਸਣੇ ਸਣੇ ਨੀਕੇ ਪੁੰਨ ਮਿਣੇ, ਉੱਚੇ ਕਹਿ ਕਹਿ ਗਿਣਤੀ ਗਿਣੇ। ਇੱਦਾਂ ਕਹਿ ਕੇ ਤਾਂ ਇਹਨਾਂ ਨੇ ਫੇਰ ਗਰੀਬ ਜਿਹੜੀ ਹੈ ਨਾ ਉਹ ਫਿਰ ਗਿਣਤੀ ਬਿਣਤੀ ਕਰਨ ਵਾਸਤੇ ਸੱਟਣਾ ਕੀਤੀ ਹੈ। ਇੱਦਾਂ ਕਹਿ ਲਓ ਕਿ ਇਹ ਪਟਵਾਰੀ ਦਾ ਸਾਥੀ ਅਤੇ ਹੋਰ ਜੋ ਪਿੰਡ ਦੇ ਪਤਵੰਤੇ ਸੱਜਣ ਨੇ ਇਹ ਜਰੀਬ ਲੈ ਕੇ ਅਤੇ ਫਿਰ ਇਸ ਸਿੱਖ ਦੀ ਹੁਣ ਜ਼ਮੀਨ ਮਿਲਣ ਲੱਗੀ ਹੈ। ਹੁਣ ਜਿੱਥੇ ਇਹ ਪਹਿਲਾਂ ਵਾਲੇ ਮਿਲਣਾ ਸੀ ਨਾ ਪਟਵਾਰੀ ਨੇ, ਹੁਣ ਦਬਾਰ ਨਹੀਂ ਕੀਤਾ, ਹੋਰ ਇੱਕ ਦੋ ਬੰਦੇ ਨਾਲ ਮਿਲਾਉਣਾ ਕੀਤੇ। ਅਪਰ ਕਰੋ ਨਰ ਇੱਕ ਮਿਲਾਵਨ, ਕਿ ਹੋਰ ਬੰਦੇ ਨਾਲ ਲਗਾ ਦਿੱਤੇ। ਬਈ ਤੁਸਾਂ ਨੇ ਖਿਆਲ ਰੱਖਣਾ ਇਹਦੇ ਵਿੱਚ ਕੋਈ ਬੇਈਮਾਨਾ ਨਹੀਂ ਹੋਣਾ ਚਾਹੀਦਾ, ਹੇਰ ਫੇਰ ਨਹੀਂ ਹੋਣੀ ਚਾਹੀਦੀ। ਤੁਸੀਂ ਧਿਆਨ ਰੱਖਣਾ ਕਿ ਕਿੱਦਾਂ ਇਹ ਮਿਲਦੇ ਨੇ ਅਤੇ ਗਿਣਤੀ ਬਿਣਤੀ ਪੂਰੀ ਰੱਖਣੀ ਹੈ। ਸਣੇ ਸਣੇ ਨੇਕੇ ਪੁੰਨ ਮਿਣੇ, ਕਿ ਇਹਨਾਂ ਨੇ ਨਾ ਮਿਲਣ ਵਾਲਿਆਂ ਨੇ ਫਿਰ ਬੜੇ ਚੌਕਸ ਹੋ ਕੇ ਧਿਆਨ ਦੇ ਨਾਲ ਹੌਲੀ ਹੌਲੀ ਗਰੀਬ ਦੇ ਨਾਲ ਇਹ ਸਿੱਖ ਦੀ ਜ਼ਮੀਨ ਮਿਲਣਾ ਕੀਤੀ ਹੈ। ਧਿਆਨ ਦੇ ਨਾਲ ਨਾ ਹੌਲੀ ਹੌਲੀ ਇਸ ਜ਼ਮੀਨ ਦੀ ਗਿਣਤੀ ਬਿਣਤੀ ਕਰਦੇ ਹੈ ਅਤੇ ਉੱਚੀ ਬੋਲ ਬੋਲ ਕੇ ਅਤੇ ਲਿਖਣਾ ਕਰਦੇ ਹੈ ਵੀ ਕਿਸੇ ਤਰ੍ਹਾਂ ਦਾ ਕਿਸੇ ਨੂੰ ਵੀ ਕੋਈ ਸ਼ੰਕਾ ਨਾ ਰਹਿ ਜਾਵੇ, ਕਿਉਂਕਿ ਇਹ ਸਾਡੇ ਉੱਤੇ ਸ਼ੱਕ ਕਰਦੇ ਹੈ, ਸ਼ੱਕ ਦੀ ਨਿਗਾਹ ਦੇ ਨਾਲ ਦੇਖਣਾ ਕਰਦੇ ਹੈ। ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਜੀ ਸ਼ੱਕ ਸ਼ੱਕ ਦੇ ਵਿੱਚ ਨਾ ਬਿਨਾਂ ਮਤਲਬ ਤੋਂ ਹੀ ਕਈਆਂ ਉੱਤੇ ਦੋਸ਼ ਲੱਗ ਜਾਂਦੇ ਹੈ। ਕਈ ਵਾਰੀ ਗੁਰੂ ਪਿਆਰ ਵਾਲਿਓ ਬਿਨਾਂ ਸੋਚੇ ਸਮਝੇ ਕਹਿਣ ਦਾ ਮਤਲਬ ਕਿ ਕਾਲ ਦੇ ਵਿੱਚ ਆ ਕੇ ਅਤੇ ਇਹ ਦੋਸ਼ ਲੱਗ ਜਾਂਦੇ ਆ। ਜਿਵੇਂ ਕਿ ਅੱਜ ਦੇਖ ਰਹੇ ਸੀ ਮੋਬਾਇਲ ਦੇ ਵਿੱਚ ਕਿ ਸੰਗਰੂਰ ਤੋਂ ਇੱਕ ਬੀਬੀ ਹੈ MLA, ਕਿਸੇ ਨੇ ਉਹਨੂੰ ਚੁੱਕਣਾ ਦੇ ਦਿੱਤੀ ਅਤੇ ਵੀਡੀਓ ਪਿੱਛੇ ਉਹਨੇ ਆਪਣੀ ਗੱਡੀ ਲਗਾ ਲਈ ਅਤੇ ਉਹਦੇ ਉੱਤੇ ਦੋਸ਼ ਲਗਾ ਰਹੀ ਸੀ ਕਿ ਤੁਸੀਂ ਭ੍ਰਿਸ਼ਟ ਹੋ ਅਤੇ ਤੁਸਾਂ ਨੇ ਰਿਸ਼ਵਤ ਲੈਣਾ ਕੀਤੀ ਤਾਂ ਇਸ ਪਾਸੇ ਵੱਲ ਤੁਸੀਂ ਆਉਣਾ ਕੀਤਾ। ਪਰ ਜਿੱਥੇ ਪੁਲਿਸ ਬੁਲਾ ਕੇ ਉਹਦੀ ਗੱਡੀ ਦੀ ਤਲਾਸ਼ੀ ਲਈ ਗਈ, ਉਹਦੀ ਤਲਾਸ਼ੀ ਲਈ ਗਈ, ਕੁਛ ਵੀ ਨਿਕਲਿਆ ਨਹੀਂ ਅਤੇ ਉਸ MLA ਬੀਬੀ ਨੂੰ ਫਿਰ ਅੱਖਾਂ ਨੀਵੀਆਂ ਕਰਨੀਆਂ ਪਈਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਬੰਦਾ ਝੂਠਾ ਪੈ ਜਾਵੇ ਤਾਂ ਫਿਰ ਸ਼ਰਮਿੰਦਗੀ ਦਾ ਮੂੰਹ ਦੇਖਣਾ ਪੈਂਦਾ। ਉਹ ਹੁਣ ਸਾਹਮਣੇ ਖਲੋਤਾ ਹੋਇਆ ਸੀ ਭਾਈ ਸਾਹਿਬ ਜੀ, ਉਹ ਕਹਿੰਦਾ ਤਲਾਸ਼ੀ ਲਓ, ਗੱਡੀ ਦੀ ਵੀ ਲਓ, ਪਰ ਇਹਦਾ ਹਜ਼ਾਨਾ ਭਰਨਾ ਪਵੇਗਾ ਜੋ ਮੇਰੇ ਉੱਤੇ ਕਾਰਨ ਵਿੱਚ ਦੋਸ਼ ਲਗਾਇਆ। ਕਿਉਂਕਿ ਕਾਲਾਂ ਵਿੱਚ ਵੀ ਆ ਕੇ ਨਾ ਕਈ ਲੋਕ ਭਲੇ ਪੁਰਸ਼ਾਂ ਉੱਤੇ
ਦੋਸ਼ ਲਗਾ ਦਿੰਦੇ ਆ। ਹੁਣ ਇਹ ਪਟਵਾਰੀ ਨੇ ਆਪਣੇ ਨਾਲ ਦੇ ਸਾਥੀ 'ਤੇ ਦੋਸ਼ ਵੀ ਲਗਾਇਆ ਕਿ ਤੇਰੇ ਵਿੱਚ ਕੋਈ ਨਾ ਕੋਈ ਫਰਕ ਹੈ, ਜਿਹਨੇ ਕਿ ਇਹ ਜ਼ਮੀਨ ਗਲਤ ਮਿਲਣਾ ਕੀਤੀ ਹੈ, ਕਿੱਥੇ 200 ਬਿੱਘਾ ਅਤੇ ਕਿੱਥੇ 100 ਬਿੱਘਾ। ਧਿਆਨ ਦੇ ਨਾਲ ਮਿਲ, ਜੇ ਕਿਸੇ ਦਾ ਹੇਰ ਫੇਰ ਹੋਇਆ ਤਾਂ ਇਹ ਪੈਸੇ ਤੇਰੇ ਤੋਂ ਮਾਮਲੇ 'ਤੇ ਭਰਵਾਏ ਜਾਣਗੇ। ਅਤੇ ਹੁਣ ਦੁਬਾਰੇ ਮਿਹਨਤੀ ਕੀਤੀ, ਹੌਲੀ ਹੌਲੀ ਮਿਲਦੇ ਆ ਉੱਚੀ ਬੋਲ ਕੇ ਅਤੇ ਲਿਖਾਣਾ ਕਰਦੇ ਹਨ। ਸੋ ਸਿਖ ਖਰੋ ਲੋਕ ਸਮਦਾਈ, ਸੌ ਕਰੀਪੁਣ ਸੁਣ ਬਿਸਮਾਈ, ਕਹਾ ਪਇਓ ਇਹ ਜਾਏ ਨਾ ਜਾਣੀ, ਮਿੰਡ ਹਾਰ ਕੋ ਕੋਟ ਪਛਾਣੀ। ਹੁਣ ਇਹ ਸਿੱਖ ਵੀ ਖਲੋਤਾ ਹੋਇਆ ਇੱਕ ਪਾਸੇ ਅਤੇ ਪਿੰਡ ਦੇ ਹੋਰ ਲੋਕ ਵੀ ਬੜੇ ਖਲੋਤੇ ਹੋਏ ਹੈ। ਜਦੋਂ ਹੁਣ ਇਹਨਾਂ ਨੇ ਬੜੇ ਫੇਰ ਦੁਬਾਰੇ ਧਿਆਨ ਦੇ ਨਾਲ ਸੋਹਣੇ ਢੰਗ ਦੇ ਨਾਲ ਗਿਣਤੀ ਮਿਣਤੀ ਕੀਤੀ, ਇਤਿਹਾਸਕਾਰ ਕਹਿੰਦਾ ਕਿ ਫੇਰ ਗਿਣਤੀ 100 ਹੀ ਹੋਣਾ ਕੀਤੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਇਹ ਕਿਰਪਾ ਕਰ ਦਿੱਤੀ, ਰਹਿਮਤ ਕਰ ਦਿੱਤੀ, ਕਿਉਂਕਿ ਜੇ ਇਹ ਪਹਿਲੇ ਬਚਨ 'ਤੇ ਮੰਨ ਜਾਂਦਾ ਨਾ ਇਹਨੂੰ ਹਾਲਾ ਪੈਣਾ ਹੀ ਨਹੀਂ ਸੀ। ਪਰ ਇਹ ਦੂਜੇ ਤੀਜੇ ਬਚਨ 'ਤੇ ਮੰਨਿਆ ਅਤੇ ਸਤਿਗੁਰਾਂ ਨੇ ਫਿਰ ਅੱਧਾ ਹਾਲਾ ਇਹਦਾ ਬਚਾ ਦਿੱਤਾ। ਹੁਣ ਫੇਰ ਗਿਣਤੀ ਕੀਤੀ ਅਤੇ 100 ਬਿਘੇ ਜ਼ਮੀਨ ਨਿਕਲਣਾ ਕੀਤੀ ਹੈ। ਅਤੇ ਇਹ ਸਭ ਕੁਛ ਸੁਣ ਕੇ ਇਹ ਸਿੱਖ ਵੀ ਅਤੇ ਬਾਕੀ ਬੰਦੇ ਵੀ ਬੜੇ ਹੈਰਾਨ ਨੇ ਕਿ ਕਮਾਲ ਦੀ ਗੱਲ ਹੈ, ਕਿੱਥੇ 200 ਕਿੱਥੇ 100, ਬੜਾ ਵੱਡਾ ਫਰਕ ਹੈ। ਇਹ ਕਹਾਣੀ ਕਿੱਦਾਂ ਦੀ ਹੈ, ਕੀ ਹੋ ਸਕਦਾ ਹੈ? ਸਿੱਖ ਤਾਂ ਕਹਿੰਦਾ 200 ਬਿੱਘਾ ਮੇਰੀ ਜ਼ਮੀਨ ਹੈ, ਪਰ ਇੱਥੇ 100 ਬਿੱਘਾ ਹੀ ਜ਼ਮੀਨ ਨਿਕਲਦੀ ਹੈ, ਇਹ ਕੀ ਹੋ ਗਿਆ? ਇਸ ਗੱਲ ਬਾਰੇ ਕੁਛ ਜਾਣਿਆ ਹੀ ਨਹੀਂ ਜਾਂਦਾ, ਇਸ ਕਹਾਣੀ ਦੇ ਕੋਈ ਸਮਝ ਨਹੀਂ ਆ ਰਹੀ। ਅਤੇ ਮਿਹਨਤੀ ਕਰਨ ਵਾਲੇ ਤਾਂ ਇਹਨੂੰ ਹੋਰ ਨੂੰ ਪਛਾਣਨਾ ਕੀਤਾ ਕਿ ਇਹਨੂੰ ਹੀ ਖੋਟਾ ਪਛਾਣਨਾ ਕੀਤਾ, ਬਈ ਮਿਲਣ ਵਾਲੇ ਦੇ ਵਿੱਚ ਹੇਰ ਫੇਰ ਹੋ ਸਕਦੀ ਹੈ। ਇੱਦਾਂ ਕਿਵੇਂ ਹੋ ਸਕਦਾ ਕਿ ਇਤਨੀ ਜ਼ਿਆਦਾ ਜ਼ਮੀਨ ਇਹ ਘੱਟ ਹੋ ਜਾਵੇ? ਇੱਦਾਂ ਨਹੀਂ ਹੋ ਸਕਦਾ, ਇਹਦੇ ਵਿੱਚ ਹੀ ਕੋਈ ਖੋਟ ਹੈ, ਇਹਦੇ ਉੱਤੇ ਸ਼ੰਕਾ ਦਰਾਈ ਜਾ ਰਹੀ ਹੈ। ਬਰਖ ਅਨੇਕ ਮਿੰਤ ਇਸ ਰਹੀ, ਦੋ ਸਹਿ ਹੋਤ ਕਮੀ ਨਹਿ ਨਹੀਂ, ਸਿੱਖ ਵੀ ਖਰੋਰ ਦੀਪ ਸੁਭਾਨੋ, ਟੂਸ਼ਨ ਠਾਨੇ ਕਛ ਨਾ ਬਖਾਨੋ। ਕਿ ਪਟਵਾਰੀ ਕਹਿੰਦਾ ਅਤੇ ਹੋਰ ਬੰਦੇ ਵੀ ਕਹਿੰਦੇ ਕਿ ਅਨੇਕਾਂ ਵਰਸ਼ ਹੋ ਗਏ ਇਸ ਜ਼ਮੀਨ ਨੂੰ ਮਿਲਦਿਆ ਜਿਹੜੀ ਕਿ 200 ਬਿੱਘਾ ਸੀ, ਅਤੇ ਅੱਜ ਕੀ ਕਹਾਣੀ ਹੋਈ ਵੀ ਇਹ ਅੱਧੀ ਮਿਣਤੀ ਵਿੱਚ ਆ ਰਹੀ ਹੈ? 100 ਬਿੱਘੇ ਇਹ ਮਿਣਤੀ ਵਿੱਚ ਆ ਰਹੀ ਹੈ ਕਿ ਕਦਾ ਚਿੱਤ ਵੀ ਇਹ 200 ਬਿੱਘੇ ਤੋਂ ਘੱਟ ਨਹੀਂ ਸੀ ਮਿਣਤੀ ਹੋਈ। ਅਤੇ ਅੱਜ ਬੜੀ ਹੈਰਾਨੀ ਪ੍ਰਗਟਾਉਣਾ ਕੀਤੀ ਹੈ ਕਿ 100 ਬਿੱਘੇ ਵਾਰ ਵਾਰ ਮਿਣਤੀ ਨਿਕਲਦੀ ਹੈ। ਹੁਣ ਜਿਤਨੇ ਵੀ ਬੰਦੇ ਗਏ ਸੀ ਨਾ, ਸਾਰਿਆਂ ਦੇ ਹਿਰਦੇ ਵਿੱਚ ਬੜੀ ਵੱਡੀ ਹੈਰਾਨੀ ਹੈ ਅਤੇ ਇਹਨਾਂ ਦੇ ਹਿਰਦੇ ਵਿੱਚ ਸ਼ੰਕਾ ਵੱਧ ਗਈ, ਸ਼ੰਕਾ ਵੱਧ ਗਈ। ਮਿਲਣ ਲੱਗੋ ਕਾਸ਼ੂ ਕੁਨ ਤਦੇ, ਕਿ ਜਦੋਂ ਇਹ ਕੁਛ ਹੋਇਆ ਨਾ ਅਤੇ ਪਟਵਾਰੀ ਫਿਰ ਆਪ ਮਿਲਣ ਲੱਗਿਆ। ਹੁਣ ਤੀਸਰੀ ਵਾਰੀ ਪਟਵਾਰੀ ਕਹਿੰਦਾ ਕੋਈ ਗੱਲ ਨਹੀਂ, ਮੈਂ ਆਪ ਮਿਲਦਾ, ਇੱਦਾਂ ਕਿਵੇਂ ਹੋ ਸਕਦਾ ਕਿਤਨੀ ਜ਼ਮੀਨ ਘੱਟ ਜਾਵੇ, ਮੈਂ ਆਪ ਮਿਲਦਾ। ਫਿਰ ਜਦੋਂ ਪੂਰੀ ਨਿਕਲੀ ਨਾ ਅਤੇ ਫਿਰ ਇਸ ਨੂੰ ਪੁੱਛਿਆ ਜਾਏਗਾ ਕਿ ਸੁਣਾ ਬਈ
ਕੌਣ ਝੂਠਾ ਤੇ ਕੌਣ ਸੱਚਾ ਹੈ। ਤੀਸਰੀ ਵਾਰ ਹੁਣ ਪਟਵਾਰੀ ਨੇ ਫੇਰ ਆਪ ਇਹਦੀ ਗਿਣਤੀ ਸ਼ੁਰੂ ਕਰਨਾ ਕੀਤੀ ਹੈ। ਜਾਤ ਸ਼ਰੀਕ ਸੰਗ ਗਨ ਹੋਏ, ਗਿਰੇ ਜੀਵਰੀ ਕੋ ਸਭ ਕੋਏ, ਅਰ ਚੌਕਸ ਹੋਏ ਖੇਤ ਮਝਾਰਾ, ਨੇਕੇ ਮਿੰਤ ਭਏ ਤਬ ਸਾਰਾ। ਕਿ ਜਦੋਂ ਹੁਣ ਪਟਵਾਰੀ ਆਪ ਮਿਲਣ ਲੱਗਿਆ ਨਾ ਗੁਰੂ ਪਿਆਰ ਵਾਲਿਓ, ਅੱਧੇ ਜੱਟ ਸ਼ਰੀਕ ਜਿਹੜੇ ਸੀ ਨਾ ਉਹ ਆਪਣੇ ਜ਼ਿਮੀਂਦਾਰ ਭਰਾ ਵੱਲੇ ਹੋ ਗਏ, ਅੱਧੇ ਜਿਹੜੇ ਸ਼ਰੀਕੇ ਵਾਲੇ ਜੱਟ ਸੀ ਨਾ ਉਹ ਹੁਣ ਆਪਣੇ ਸਿੱਖ ਭਰਾ ਦੇ ਨਾਲ ਹੋਣਾ ਕੀਤੇ ਹੈ। ਇਹ ਜਰੀਬ ਦਾ ਸਾਰੇ ਫਿਰ ਗਿਣਤੀ ਮਿਣਤੀ ਦਾ ਖਿਆਲ ਰੱਖਦੇ ਹੈ, ਕਹਿੰਦੇ ਵੀ ਖਿਆਲ ਰੱਖੋ ਪਟਵਾਰੀ ਵੀ ਇਹਦੇ ਵਿੱਚ ਕੋਈ ਹੇਰ ਫੇਰ ਨਾ ਕਰੇ, ਕਿਉਂਕਿ ਦੋ ਵਾਰ ਜ਼ਮੀਨ ਮਿਲੀ ਹੈ। ਇੱਦਾਂ ਕਿਵੇਂ ਹੋ ਸਕਦਾ ਕਿ ਇਤਨੀ ਜ਼ਮੀਨ ਵਿੱਚ ਫਰਕ ਹੋ ਜਾਏ, ਇਕੱਠੇ ਹੀ 100 ਵਿਘੇ ਦਾ। ਹੁਣ ਸਾਰੇ ਖਿਆਲ ਰੱਖਦੇ ਆ ਪਟਵਾਰੀ ਵੱਲੇ ਕਿ ਬਈ ਇਹਦਾ ਵੀ ਖਿਆਲ ਰੱਖੋ, ਕਿਤੇ ਇਹਦੇ ਵਿੱਚ ਹੇਰ ਫੇਰ ਕਰਕੇ ਅਤੇ ਜ਼ਮੀਨ ਵੱਧ ਨਾ ਮਿਲਣਾ ਕਰੇ। ਗਿਣੈ ਜੀਵਰੀ ਕੋ ਸਭ ਕੋਏ, ਸਾਰੇ ਗਿਣਦੇ ਹੈ, ਅੱਧ ਚੌਕਸ ਹੋਏ ਖੇਤ ਮਝਾਰਾ, ਅਤੇ ਸਾਰੇ ਇਸ ਸਿੱਖ ਦੇ ਖੇਤ ਵਿੱਚ ਚੌਕਸ ਹੋ ਕੇ ਅਤੇ ਪਿੱਛੇ ਪਿੱਛੇ ਤੁਰਦੇ ਹੈ ਅਤੇ ਇਹਦੀ ਗਿਣਤੀ ਮਿਣਤੀ ਕਰਦੇ ਹੈ। ਨੇਕੇ ਮਿਹਨਤ ਭਏ ਤਬ ਸਾਰਾ, ਅਤੇ ਸਾਰਿਆਂ ਨੇ ਫਿਰ ਚੰਗੀ ਤਰ੍ਹਾਂ ਗਿਣਤੀ ਮਿਣਤੀ ਇਸ ਖੇਤ ਦੀ ਕੀਤੀ ਹੈ, ਸਾਰਿਆਂ ਨੇ ਚੰਗੀ ਤਰ੍ਹਾਂ ਗਿਣਤੀ ਮਿਣਤੀ ਕੀਤੀ ਹੈ ਪਟਵਾਰੀ ਸਾਹਿਬ ਦਾ ਵੀ ਖਿਆਲ ਰੱਖ ਕੇ ਅਤੇ ਬਾਕੀ ਜਰੀਬ ਵੱਲੇ ਧਿਆਨ ਰੱਖ ਕੇ ਕਿ ਠੀਕ ਢੰਗ ਦੇ ਨਾਲ ਇਹ ਮਿਣ ਰਹੇ, ਚੌਕਸੀ ਦੇ ਨਾਲ ਇਹਨਾਂ ਨੇ ਧਿਆਨ ਦੇ ਨਾਲ ਬੇਨਤੀ ਕਰਵਾਈ ਹੈ। ਦੋ ਸਹਿ ਕਹਿ ਸੋ ਝੂਠੇ ਭਰੇ, ਸਹਿ ਬੀਂਗੇ ਕੋ ਕਣ ਦਬ ਭਰੇ, ਰਿਦੇ ਵਸੂਲ ਦਬੋ ਨਰ ਆਏ, ਗੁਰ ਪ੍ਰਤਾਪ ਲਖ ਸਿਧ ਸਿੱਖ ਮੁਦ ਪਾਏ। ਕਿ ਜਿਹੜੇ 200 ਵਿਘਾ ਕਹਿੰਦੇ ਸੀ ਨਾ ਉਹ ਹੁਣ ਤੀਸਰੀ ਵਾਰ ਵੀ ਝੂਠੇ ਪੈ ਗਏ ਗੁਰੂ ਪਿਆਰ ਵਾਲਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਬਾਹਰਲੇ ਨਗਰੀ ਖਲੋਤੇ ਹੋਏ ਹੈ, ਇਸ ਸਿੱਖ ਦੇ ਘਰੇ ਨਹੀਂ ਹਾਲੇ ਗਏ। ਸਤਿਗੁਰੂ ਜੀ ਕਹਿੰਦੇ ਜਾ ਜਾ ਕੇ ਤੂੰ ਮਿਣਤੀ ਕਰਾਇਆ, ਫਿਰ ਹੀ ਤੇਰੇ ਘਰੇ ਚੱਲਾਂਗੇ, ਜਦੋਂ ਤੂੰ ਆਪ ਹੋਏਗਾ ਨਾ ਫਿਰ ਹੀ ਉਤਾਰਾ ਕਰਾਂਗੇ ਤੇਰੇ ਘਰ। ਹੁਣ ਸਤਿਗੁਰੂ ਜੀ ਉੱਥੇ ਖਲੋਤੇ ਹੋਏ ਕੌਤਕ ਵਰਤਾ ਰਹੇ ਹੈ, ਇਹ 200 ਵਿਘੇ ਤੋਂ ਫਿਰ 100 ਵਿਘੇ ਜ਼ਮੀਨ ਫਿਰ ਹੋਣਾ ਕੀਤੀ ਹੈ, ਅਤੇ 100 ਵਿਘੇ ਦਾ ਹੀ ਮਾਮਲਾ ਇਸ ਜ਼ਿਮੀਂਦਾਰ ਸਿੱਖ ਨੂੰ ਲੱਗਣਾ ਕੀਤਾ। ਹੁਣ ਜਿਤਨੀ ਬੇਨਤੀ ਹੋਈ ਸੀ ਪਟਵਾਰੀ ਨੇ ਉਤਨਾ ਹੀ ਮਾਮਲਾ ਪਾਉਣਾ ਸੀ, 100 ਵਿਘੇ ਦਾ ਮਾਮਲਾ ਪਟਵਾਰੀ ਨੇ ਲੈਣਾ ਕੀਤਾ। ਰਿਦੇ ਵਸੂਲ ਤੋਂ ਬਹੁਤ ਨਾ ਰਿਹਾ ਹੈ ਕਿ ਜਿਤਨੇ ਵੀ ਇੱਥੇ ਲੋਕ ਆਏ ਹੋਏ ਸੀ ਨਾ ਦੇਖ ਰਹੇ ਸੀ, ਫਿਰ ਸਾਰਿਆਂ ਦੇ ਚਿਹਰੇ ਮੁਰਝਾ ਗਏ ਕਿ ਆਹ ਕੀ ਕੌਤਕ ਹੈ ਬਈ, ਬੜੀ ਹੈਰਾਨੀ ਦੀ ਗੱਲ ਹੈ। ਸਾਰੇ ਦੇਖਦੇ ਸੀ ਕਿ ਫਲਾਣਾ ਸਿਉਂ ਦੀ ਜ਼ਮੀਨ 200 ਵਿਘੇ ਹੈ, 200 ਵਿਘੇ ਹੈ, ਪਰ ਅੱਜ 100 ਵਿਘੇ ਹੀ ਹੋਈ ਜਾਂਦੀ ਹੈ। ਇੱਕ ਐਸਾ ਕੌਤਕ ਹੈ, ਕੀ ਹੋ ਰਿਹਾ ਇਹ। ਕਈ ਵਾਰ 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 ਜਰੀਬ ਰੱਖ ਕੇ ਅਤੇ ਮਿੰਨਾ ਕੀਤੀ ਹੈ, ਗੁਰ ਪ੍ਰਤਾਪ ਲਖ ਸਿੱਖ ਬੁੱਧ ਪਾਏ, ਪਰ ਦੂਸਰੇ ਪਾਸੇ ਸਿੱਖ ਹੁਣ ਸਤਿਗੁਰਾਂ ਦੇ ਪ੍ਰਤਾਪ ਨੂੰ ਸਮਝ ਰਿਹਾ ਸੀ ਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕੋਈ ਕੌਤਕ ਵਰਤਾ ਰਹੇ ਹੈ।
ਜਿਨ੍ਹਾਂ ਨੇ ਕਿ ਮੈਨੂੰ ਬੜਾ ਸਾਰਾ ਮਣੇ ਕੀਤਾ, ਪਰ ਮੈਂ ਬੇਨਤੀ ਕਰਕੇ ਫਿਰ ਆਇਆ ਅਤੇ ਸਤਿਗੁਰਾਂ ਨੇ ਕਿਹਾ ਸੀ ਕਿ ਚੁੱਪ ਕਰਕੇ ਜੇ ਜਾਣਾ ਹੀ ਹੈ ਨਾ ਸਿੱਖਾ, ਇੱਕ ਵੱਟ ਤੇ ਖਲੋ ਜੀ ਬੋਲੀ ਨਾ, ਅਤੇ ਕਰਤਾਰ ਆਪੇ ਤੇਰੀ ਜ਼ਮੀਨ ਦਾ ਫੈਸਲਾ ਕਰ ਦੇਵੇਗਾ। ਅਤੇ ਕਰ ਦਿੱਤਾ, ਅੱਧਾ ਮਾਮਲਾ ਸਤਿਗੁਰਾਂ ਨੇ ਪਵਾਇਆ ਇਸ ਨੂੰ, ਇਤਨਾ ਇਹਦਾ ਫਾਇਦਾ ਹੋ ਗਿਆ ਅਤੇ ਹੁਣ ਸਿੱਖ ਤੇ ਸਮਝਦਾ ਹੈ। ਪਰ ਬਾਕੀ ਜਿਤਨੇ ਵੀ ਨਗਰ ਵਾਲੇ ਹੈ ਨਾ, ਉਹ ਬੜੇ ਹੈਰਾਨ ਨੇ ਅਤੇ ਮਨ ਦੇ ਵਿੱਚ ਸੋਚਦੇ ਹੈ ਕੀ ਕਹਾਣੀ ਹੈ। ਇਤਨੀ ਜ਼ਮੀਨ ਘੱਟ ਗਈ, 200 ਵਿਘੇ ਤੋਂ 100 ਵਿਘੇ ਹੀ ਨਿਕਲ ਰਹੀ ਹੈ, ਪਰ ਕੋਈ ਕੁਛ ਇੱਕ ਦੂਸਰੇ ਨੂੰ ਇੱਕ ਦੂਸਰੇ ਵੱਲੇ ਦੇਖ ਕੇ ਤਾਂ ਕਹਿੰਦੇ ਹੈ ਬਈ ਇਹ ਕਹਾਣੀ ਕੀ ਹੈ। ਦੂਸਰਾ ਤੀਸਰੇ ਨੂੰ, ਤੀਸਰਾ ਚੌਥੇ ਨੂੰ, ਇੱਕ ਦੂਜੇ ਨੂੰ ਕਹਿੰਦੇ ਪਤਾ ਨਹੀਂ ਭਰਾਵੋ, ਪਹਿਲਾਂ ਤਾਂ 200 ਵਿਘਾ ਨਿਕਲਦੀ ਸੀ, ਅੱਜ 100 ਵਿਘੇ ਹੋ ਗਈ, ਪਤਾ ਨਹੀਂ ਕੀ ਕਾਰਨ ਹੈ। ਆਏ ਆਪਣੇ ਸਦਨ ਪ੍ਰਵੇਸ਼ਾ, ਕਰ ਤਿਆਰੀ ਸਭ ਰੀਤ ਵਸੀਸ਼ਾ, ਜਾਏ ਗੁਰੂ ਭਗਵੰਤਨ ਠਾਨੀ, ਹੁਣੇ ਵਾਰਤਾ ਸਕਲ ਬਖਾਨੀ। ਅਤੇ ਵਾਪਸ ਆ ਗਿਆ ਇਹ ਸਿੱਖ ਜ਼ਿਮੀਂਦਾਰ, ਵਾਪਸ ਆ ਗਿਆ ਅਤੇ ਸਤਿਗੁਰਾਂ ਦੇ ਪਾਸ ਇਹਨੇ ਪਹੁੰਚਣਾ ਕੀਤਾ, ਦੋਨੋਂ ਹੱਥ ਜੋੜ ਕੇ ਨਮਸਕਾਰ ਕੀਤੀ ਹੈ। ਜਿੱਥੇ ਹੁਣ ਇਹ ਸਤਿਗੁਰਾਂ ਦੇ ਚਰਨਾਂ ਵਿੱਚ ਆ ਗਿਆ, ਉੱਥੇ ਜਾਂਦਾ ਜਾਂਦਾ ਆਪਣੇ ਘਰ ਕਹਿ ਗਿਆ ਸੀ ਕਿ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਏ ਹੈ, ਭਾਗਾਂ ਵਾਲੀਏ ਘਰ ਦੇ ਵਿੱਚ ਸਾਰੀਆਂ ਤਿਆਰੀਆਂ ਕਰ ਦਿੱਤੀਆਂ ਜਾਣ, ਸੋਹਣਾ ਪਲੰਘ ਸਤਿਗੁਰਾਂ ਵਾਸਤੇ ਲੁਹਾ ਕੇ ਵਿਛਾਇਆ ਜਾਏ ਅਤੇ ਲੰਗਰ ਪ੍ਰਸ਼ਾਦੇ ਦੀ ਤਿਆਰੀ ਕੀਤੀ ਜਾਏ। ਹੁਣ ਇਹ ਸਿੱਖ ਜ਼ਿਮੀਂਦਾਰ ਅੱਧੀ ਜ਼ਮੀਨ ਦਾ ਹਾਲਾ ਭਰ ਕੇ ਅਤੇ ਵਾਪਸ ਆਇਆ, ਆ ਕੇ ਸਤਿਗੁਰਾਂ ਦੇ ਚਰਨਾਂ 'ਤੇ ਨਮਸਕਾਰ ਕੀਤੀ, ਨਮਸਕਾਰ ਕੀਤੀ ਅਤੇ ਦੂਸਰੇ ਪਾਸੇ ਘਰ ਦੇ ਵਿੱਚ ਤਿਆਰੀਆਂ ਹੋ ਰਹੀਆਂ ਅਤੇ ਨਾਲ ਹੀ ਇਹਨੇ ਸਤਿਗੁਰਾਂ ਦੇ ਚਰਨਾਂ ਵਿੱਚ ਨਾ ਜੋ ਕਹਾਣੀ ਬੀਤੀ ਸੀ ਉਹ ਸਾਂਝੀ ਕੀਤੀ ਹੈ। ਇਸ ਸਿੱਖ ਨੇ ਉਹ ਕਹਾਣੀ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਸਾਂਝੀ ਕੀਤੀ ਹੈ। ਸੁਣ ਤਿਸ ਕੋ ਸਤਿਗੁਰ ਬਖਾਨਤ, ਜੇਕਰ ਪ੍ਰਥਮ ਬਚਨ ਕੋ ਮਾਨਤ, ਸਰਵ ਖੇਤ ਕੋ ਨੇਤ ਅਨਾਜ, ਸੁਰਤ ਜੇ ਨਖੇਤ ਕੇ ਕਾਜ। ਹੁਣ ਜਦੋਂ ਇਹਨੇ ਸਾਰੀ ਕਹਾਣੀ ਦੱਸੀ ਨਾ ਕਿ ਸਤਿਗੁਰੂ ਜੀ ਉੱਥੇ ਤੇ 100 ਵਿਘੇ ਹੋਣਾ ਕੀਤੀ ਹੈ, ਜਿਹੜੇ ਕਿ 200 ਵਿਘਾ ਜ਼ਮੀਨ ਸੀ, ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਮੁਸਕਰਾ ਪਏ, ਹੱਸ ਪਏ, ਕਹਿਣ ਲੱਗੇ ਸਿੱਖਾ ਜੇ ਤੂੰ ਭਾਈ ਪਹਿਲਾ ਬਚਨ ਬਣ ਜਾਂਦਾ ਨਾ, ਪਹਿਲਾ ਬਚਨ, ਤੇ ਸਾਰੀ ਜ਼ਮੀਨ ਦਾ ਅਨਾਜ ਤੈਨੂੰ ਬਚ ਰਹਿਣਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਤੈਨੂੰ ਸਰਕਾਰੀ ਦਰਬਾਰੇ ਕੋਈ ਵੀ ਮਾਮਲਾ ਨਹੀਂ ਸੀ ਦੇਣਾ ਪੈਣਾ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਐਸੀ ਰਹਿਮਤ ਹੋਣੀ ਸੀ ਕਿ ਤੈਨੂੰ ਮਾਮਲੇ ਤੋਂ ਬਚਾ ਲੈਣਾ ਸੀ, ਪਰ ਤੂੰ ਪਹਿਲਾ ਬਚਨ ਮੰਨਿਆ ਨਹੀਂ ਅਤੇ ਫਿਰ ਜਿੱਦ ਕਰਕੇ ਤੂੰ ਉੱਥੇ ਜਾਣਾ ਕੀਤਾ। ਅਸਾਂ ਨੇ ਤੈਨੂੰ ਕਿਹਾ ਸੀ ਕਿ ਇੱਕ ਪਾਸੇ ਹੋ ਕੇ ਵੱਟ 'ਤੇ ਖਲੋ ਜੀ, ਪਰ ਸਿੱਖਾ ਬੋਲੀ ਨਾ, ਪਰ ਤੂੰ ਬੋਲਣੋਂ ਵੀ ਨਹੀਂ ਰਹਿ ਸਕਿਆ, ਕਿਉਂਕਿ ਹੋਵੇ ਜ਼ਿਮੀਂਦਾਰ ਭਰਾ ਅਤੇ ਸਾਹਮਣੇ ਇਤਨੀ ਜ਼ਮੀਨ ਘੱਟਦੀ ਹੋਵੇ ਤਾਂ ਕਿਵੇਂ ਭਲਾ ਚੁੱਪ ਰਹਿ ਜਾਏਗਾ, ਕਿਵੇਂ ਚੁੱਪ ਰਹਿ ਜਾਏਗਾ। ਹੁਣ ਸਤਿਗੁਰੂ ਜੀ ਕਹਿਣ ਲੱਗੇ ਫਿਰ ਤੂੰ ਚੁੱਪ ਵੀ ਨਹੀਂ ਰਹਿਣਾ ਕੀਤਾ,
ਫਿਰ ਬੋਲ ਦਿੱਤਾ ਲਾਗਿਓ ਕਿ ਭਾਈ ਮੇਰੀ 200 ਵਿਘਾ ਜ਼ਮੀਨ ਹੈ, ਇਹ ਕੀ ਗੱਲ ਹੈ, 100 ਵਿਘੇ ਤੁਸੀਂ ਮਿਲੀ ਜਾ ਰਹੇ ਹੋ ਅਤੇ ਮਿਲਣ ਵਾਲੇ ਨੂੰ ਵੀ ਪਟਵਾਰੀ ਦੇ ਸਾਹਮਣੇ ਝੂਠਾ ਸਾਬਤ ਕਰਵਾਇਆ, ਝਿੜਕਾਂ ਦਿੱਤੀਆਂ ਪਟਵਾਰੀ ਨੇ, ਫਿਰ ਮਿਲਣਾ ਕਿਤੇ ਪਰ ਜ਼ਮੀਨ 100 ਵਿਘੇ, ਅੱਧਾ ਤੇਰਾ ਹਾਲਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਨੇ ਬਚਾਉਣਾ ਕੀਤਾ ਹੈ। ਸੁਣ ਤਿਸ ਕੋ ਸਤਿਗੁਰ ਬਖਾਨਤ, ਜੇਕਰ ਬਸਨ ਬਣ ਚੁਕੋ ਬਾਣਤ, ਦੁਤੀ ਪਾਕ ਸ਼ਰਧਾ ਕਰ ਮਾਨੋ, ਅਰਧ ਕਾਜ ਪਾ ਆਦੋ ਹਾਨੋ। ਕਿ ਸਤਿਗੁਰ ਜੀ ਮਹਾਰਾਜ ਕਹਿੰਦੇ ਭਾਈ ਸਾਹਿਬ ਜੀ, ਤੁਸਾਂ ਨੇ ਦੂਸਰਾ ਬਚਨ ਸ਼ਰਧਾ ਕਰਕੇ ਮੰਨਿਆ ਅਤੇ ਤੁਹਾਡੀ ਸ਼ਰਧਾ 'ਤੇ ਇਹ ਫੈਸਲਾ ਹੋ ਗਿਆ ਕਿ ਅੱਧਾ ਮਾਮਲਾ ਤੁਹਾਨੂੰ ਭਰਨਾ ਪਿਆ। ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ। ਗੁਰੂ ਪਿਆਰੀ ਸਾਧ ਸਿੰਘ ਜੀ, ਲੋੜ ਸ਼ਰਧਾ ਅਤੇ ਪ੍ਰੇਮ ਭਾਵਨਾ ਦੀ ਹੈ। ਜਿਹੜੇ ਗੁਰੂ ਕੇ ਲਾਲ, ਗੁਰੂ ਕੇ ਪਿਆਰੇ ਸ਼ਰਧਾ ਧਾਰ ਕੇ ਸਤਿਗੁਰਾਂ ਦੇ ਚਰਨ ਪਰਸਦੇ ਹੈ, ਉਹਨਾਂ ਉੱਤੇ ਇਸ ਘਰ ਦੀਆਂ ਵੱਡੀਆਂ ਰਹਿਮਤਾਂ ਆਉਂਦੀਆਂ। ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿਣ ਲੱਗੇ, ਸਿੱਖਾ ਤੁਸਾਂ ਨੇ ਦੂਸਰੇ ਬਚਨ ਨੂੰ ਬੜੀ ਸ਼ਰਧਾ ਧਾਰ ਕੇ ਮੰਨਿਆ ਅਤੇ ਅੱਧਾ ਕਾਰਜ ਫਿਰ ਤੁਹਾਡਾ ਸਮਰ ਗਿਆ ਕਿ ਅੱਧਾ ਹੀ ਮਾਮਲਾ ਦੇਣਾ ਪਿਆ, ਅੱਧਾ ਹੀ ਹਾਲਾ ਤੁਹਾਨੂੰ ਭਰਨਾ ਪਿਆ। ਸੁਣ ਮਹਿਮਾ ਗੁਰ ਕੀ ਬਹੁ ਜਾਨੀ। ਅਤੇ ਜਦੋਂ ਹੁਣ ਸਤਿਗੁਰਾਂ ਦੀ ਇਹ ਮਹਿਮਾ ਇਸ ਗੁਰਸਿੱਖ ਨੇ ਜਾਨਣਾ ਕੀਤੀ ਹੈ ਨਾ, ਵਾਰ ਵਾਰ ਪਦ ਬੰਧਨ ਠਾਨੀ, ਇਹ ਦੋਨੋਂ ਹੱਥ ਜੋੜ ਕੇ ਵਾਰ ਵਾਰ ਸਤਿਗੁਰਾਂ ਦੇ ਚਰਨਾਂ 'ਤੇ ਨਮਸਕਾਰ ਕਰਦਾ ਹੈ ਅਤੇ ਕਹਿੰਦਾ, ਸਤਿਗੁਰੂ ਮੈਂ ਆਪ ਜੀ ਤੋਂ ਬਲਹਾਰ ਕੁਰਬਾਨ ਸਦਕੇ ਵਾਰ ਨਹੀਂ ਜਾਂਦਾ, ਜਿਨ੍ਹਾਂ ਨੇ ਕਿ ਇਤਨੀ ਵੱਡੀ ਰਹਿਮਤ ਵਰਤਾਉਣਾ ਕੀਤੀ, ਇਤਨੀ ਵੱਡੀ ਕਿਰਪਾ ਕੀਤੀ ਹੈ। ਮੈਂ ਦੁਸ਼ ਬੁੱਧੀ ਵਾਲਾ ਤੁਹਾਡੀ ਰਮਜ ਨੂੰ ਸਮਝ ਨਹੀਂ ਸਕਿਆ, ਮੈਂ ਦੁਸ਼ ਬੁੱਧੀ ਵਾਲਾ ਤੁਹਾਡੀ ਰਮਜ ਨੂੰ ਸਮਝ ਨਹੀਂ ਸਕਿਆ, ਪਰ ਸਤਿਗੁਰੂ ਜੀ ਤੁਸੀਂ ਤੇ ਰਹਿਮਤਾਂ ਦੇ ਦਾਤੇ ਜੇ, ਬਖਸ਼ਿਆਂ ਦੇ ਭੰਡਾਰ ਜੇ, ਬੜੀ ਕਿਰਪਾ ਕਰਦੇ ਹੋ। ਕਿਉਂਕਿ ਗੁਰੂ ਪਿਆਰ ਵਾਲਿਓ, ਇਸ ਗੁੱਝੀ ਰਮਜ ਨੂੰ ਨਾ ਵਿਰਲਿਆਂ ਦੇ ਹਿੱਸੇ ਵਿੱਚ ਆਇਆ ਜਿਨ੍ਹਾਂ ਨੇ ਕਿ ਸਮਝਣਾ ਕੀਤਾ, ਪੰਡਿਤ ਹਰਦਿਆਲ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੱਤਰੀ ਲਿਖਣਾ ਕੀਤੀ, ਜਿੱਥੇ ਇਹ ਕੁਛ ਲਿਖਿਆ ਨਾ ਉੱਥੇ ਬੜੀ ਸਾਰੀ ਸਿਫਤ ਸਲਾਹ ਕੀਤੀ ਅਤੇ ਨਾਲ ਇਹ ਵੀ ਕਿਹਾ ਕਿ ਮਹਿਤਾ ਕਾਲੂ ਜੀ ਬਾਕੀ ਸਭ ਇਹਦੇ ਕਾਰਜਾਂ ਤੋਂ ਪ੍ਰਸੰਨ ਹੋਣਗੇ, ਪਰ ਤੁਸੀਂ ਘਰ ਵਾਲੇ ਅਤੇ ਰਿਸ਼ਤੇਦਾਰ ਇਸ ਗੁੱਧੇ ਭੇਦ ਨੂੰ ਜਾਣ ਨਹੀਂ ਸਕੋਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੇਵਲ ਅਤੇ ਕੇਵਲ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵੱਡੀ ਭੈਣ ਜੀ, ਭੈਣ ਨਾਨਕੇ ਜੀ ਇਸ ਭੇਦ ਨੂੰ ਜਾਣਨਗੇ, ਬਾਕੀ ਤੁਸੀਂ ਸਭ ਖਾਲੀ ਰਹਿਣਾ ਕਰੋਗੇ। ਅਤੇ ਜਦੋਂ ਕਾਫੀ ਸਮਾਂ ਬੀਤਿਆ ਨਾ ਅਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚੋਜ ਵਰਤਾਏ ਗੁਰੂ ਪਿਆਰ ਵਾਲਿਓ, ਅਤੇ ਪਟਵਾਰੀ ਸੀ ਮਹਿਤਾ ਕਾਲੂ, ਹੁਣ ਇਹਨੇ ਪੰਡਿਤ ਹਰਦਿਆਲ ਨੂੰ ਬੁਲਾ ਲਿਆ, ਵਰੰਟ ਕੱਢ ਲੈ। ਕਹਿਣ ਲੱਗਾ ਉਹ ਪੰਡਤਾ, ਜੇ ਤੈਨੂੰ ਧੰਨ ਦਾ ਲਾਲਚ ਸੀ ਤੇ ਉਦਾਂ ਮੇਰੇ ਤੋਂ ਮੰਗ ਕੇ ਲੈ ਲਏ ਆ, ਇਤਨੀ ਸੋਭਾ ਕਰਕੇ ਕਿਉਂ ਧੰਨ ਲੈਣਾ ਕੀਤਾ? ਜਿਤਨੀਆਂ ਤੂੰ ਗੱਲਾਂ ਦੱਸੀਆਂ ਉਹਨਾਂ ਵਿੱਚੋਂ ਇੱਕ ਵੀ ਨਾਨਕ ਜੀ ਦੇ ਪਾਸ ਹੈ ਨਹੀਂ, ਕਿਤੇ ਘਰ ਝਾੜੂ ਪੁੱਤਰ ਜੰਮ ਪਿਆ ਤੇ ਤੂੰ ਸਿਫਤਾਂ ਕਰੀ ਗਿਆ,
ਮੈਨੂੰ ਪਹਿਲੋਂ ਹੀ ਪਤਾ ਹੈ ਕਿ ਤੁਸੀਂ ਬ੍ਰਾਹਮਣ ਧਨ ਦੇ ਭੁੱਖੇ ਹੁੰਦੇ ਹੋ। ਪੰਡਿਤ ਹਰਦਿਆਲ ਨਾਲ ਹੱਸ ਪਿਆ, ਕਹਿੰਦਾ ਮੈਂ ਤਾਂ ਕਾਲੂ ਜੀ ਜਿੱਥੇ ਮੈਂ ਤੁਹਾਡੇ ਪਾਸ ਸਿਰਫ ਸਲਾਹਣ ਕੀਤੀ ਸੀ ਉੱਥੇ ਅਗਲੀ ਗੱਲ ਵੀ ਤਾਂ ਦੱਸੋ ਨਾ, ਇੱਕ ਕਹਾਣੀ ਹੋਰ ਵੀ ਤੁਹਾਨੂੰ ਦੱਸੀ ਸੀ। ਇਹ ਮੈਂ ਤਾਂ ਕਾਲੂ ਕਹਿਣ ਲੱਗਾ ਉਹ ਕਿ ਪੰਡਿਤ ਹਰਦਿਆਲ ਕਹਿੰਦਾ ਮੈਂ ਤਾਂ ਕਾਲੂ ਜੀ ਤੁਹਾਨੂੰ ਦੱਸਿਆ ਸੀ ਕਿ ਤੁਸੀਂ ਘਰ ਵਾਲੇ ਇਸ ਗੁੱਝੇ ਭੇਦ ਨੂੰ ਸਮਝ ਨਹੀਂ ਸਕੋਗੇ, ਨਾ ਘਰ ਵਾਲੇ ਮਾਤਾ ਪਿਤਾ ਅਤੇ ਨਾ ਰਿਸ਼ਤੇਦਾਰ, ਬਾਕੀ ਸਾਰੀਆਂ ਸੰਗਤਾਂ ਰੱਬ ਦੇ ਭੇਦ ਨੂੰ ਸਮਝ ਕੇ ਅਤੇ ਆਨੰਦ ਲੈਣਗੀਆਂ, ਵੱਡੀਆਂ ਬਖਸ਼ਿਸ਼ਾਂ ਲੈਣਗੀਆਂ। ਅਤੇ ਮੈਂ ਤਾਂ ਕਾਲੂ ਨਾਲ ਚੁੱਪ ਹੋ ਗਿਆ, ਬੋਲਿਆ ਨਹੀਂ। ਪੰਡਿਤ ਹਰਦਿਆਲ ਜੀ ਆਪਣੇ ਘਰ ਨੂੰ ਜਾਂਦੇ ਰਹੇ। ਇਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੇ ਗੁੱਝੇ ਕੌਤਕ ਨੇ ਜਿਹੜੇ ਇਸ ਘਰ ਦੀ ਰਮਜ ਨੂੰ ਸਮਝ ਗਏ ਨਾ ਗੁਰੂ ਪਿਆਰ ਵਾਲਿਓ, ਉਹ ਤਰ ਗਏ, ਉਹ ਭਾਗਾਂ ਵਾਲੇ ਬਣ ਗਏ, ਭਾਗਾਂ ਵਾਲੇ ਬਣ ਗਏ। ਸਿੱਖ ਕਹਿੰਦਾ ਸਤਿਗੁਰੂ ਜੀ ਮੈਂ ਤੁਹਾਡੀ ਰਮਜ ਨੂੰ ਸਮਝ ਨਹੀਂ ਸਕਿਆ, ਤੁਸੀਂ ਮਹਾਨ ਸਤਿਗੁਰੂ ਜੀ ਮਹਾਰਾਜ ਅਤੇ ਮੈਂ ਦੁਸ਼ ਬੁੱਧੀ ਵਾਲਾ, ਪਰ ਫਿਰ ਵੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਤੁਸਾਂ ਨੇ ਆਪਣੇ ਸੇਵਕ ਦੀ ਲੰਜ ਪੱਤ ਰੱਖਣਾ ਕੀਤੀ ਹੈ, ਬੜੀ ਵੱਡੀ ਰਹਿਮਤ ਵਰਤਾਉਣਾ ਕੀਤੀ ਹੈ ਕਿ ਮੇਰਾ ਅੱਧਾ ਅਨਾਜ ਤੁਸਾਂ ਨੇ ਪਟਵਾਰੀ ਤੋਂ ਬਚਾ ਲਿਆ, ਮੇਰੇ ਪਰਿਵਾਰ ਦੀ ਸੋਹਣੀ ਪਰਵਰਿਸ਼ ਚੱਲਣਾ ਕਰੇਗੀ। ਸਤਿਗੁਰੂ ਤੁਸਾਂ ਨੇ ਵੱਡੀ ਕਿਰਪਾ ਕੀਤੀ ਹੈ। ਲੇਕਰ ਸੰਗ ਚਲੋ ਨਿਜ ਧਾਮੂ, ਕਰੇ ਉਤਾਰ ਦੇ ਬਥਰਾ ਬਿਰ ਰਾਮੂ, ਬਿਰਸ਼ ਅੰਬਲੀ ਕੋ ਘਰ ਮਾਹੀ, ਗੁਰਦਰੰਗ ਬੰਦੋ ਸੰਗਤਾਹੀ। ਅਤੇ ਇਹਦਾ ਹੱਥ ਜੋੜ ਕੇ ਨਾ ਅਤੇ ਸਤਿਗੁਰਾਂ ਨੂੰ ਆਪਣੇ ਘਰ ਲੈ ਗਿਆ। ਬਾਰਨੇ ਪਿੰਡ ਵਿੱਚ ਸਤਿਗੁਰੂ ਜੀ ਪਹੁੰਚੇ ਹੋਏ ਹੈ, ਕੈਂਥਲ ਤੋਂ ਅੱਗੇ 15 ਗੋਹ 'ਤੇ ਹੱਥ ਜੋੜ ਕੇ ਬੇਨਤੀ ਕਰਕੇ ਸਤਿਗੁਰਾਂ ਨੂੰ ਆਪਣੇ ਗ੍ਰਹਿ ਵਿਖੇ ਲਿਜਾਣਾ ਕੀਤਾ ਅਤੇ ਆਪਣੇ ਘਰ ਦੇ ਵਿੱਚ ਡੇਰਾ ਕਰਵਾ ਕੇ ਅਤੇ ਵਿਸ਼ਰਾਮ ਕਰਵਾਇਆ। ਇਤਿਹਾਸਕਾਰ ਅੱਗੇ ਪਤਾ ਕੀ ਕਹਿੰਦਾ, ਬਿਰਸ਼ ਅੰਬਲੀ ਕੋ ਘਰ ਮਾਹੇ, ਕਿ ਇਹਦੇ ਘਰ ਦੇ ਵਿੱਚ ਨਾ ਇੱਕ ਇਮਲੀ ਦਾ ਦਰਖਤ ਹੈ, ਇੱਕ ਇਮਲੀ ਦਾ ਦਰਖਤ ਹੈ। ਇਹਨੇ ਸਤਿਗੁਰਾਂ ਦੇ ਸਫੇਦ ਘੋੜੇ ਨੂੰ ਇਸ ਇਮਲੀ ਦੇ ਦਰਖਤ ਦੇ ਨਾਲ ਬੰਨਣਾ ਕੀਤਾ, ਇਸ ਇਮਲੀ ਦੇ ਦਰਖਤ ਦੇ ਨਾਲ ਬੰਨਿਆ। ਜਿੱਥੇ ਸਤਿਗੁਰਾਂ ਦੀ ਸੇਵਾ ਕਰ ਰਿਹਾ ਉੱਥੇ ਸਤਿਗੁਰਾਂ ਦੇ ਘੋੜੇ ਦੀ ਵੀ ਬੜੇ ਚਾਅ ਅਤੇ ਮਲਾਰ ਦੇ ਨਾਲ ਸੇਵਾ ਕੀਤੀ ਜਾਂਦੀ ਹੈ। ਦਾਣਾ ਪੱਠਾ ਇਤਿਆਦਿਕ ਵੱਡੀ ਮਕਦਾਰ ਦੇ ਵਿੱਚ ਲਿਆ ਕੇ ਅਤੇ ਸਤਿਗੁਰਾਂ ਦੇ ਘੋੜੇ ਨੂੰ ਛਕਾਣਾ ਕੀਤਾ ਹੈ। ਸਿਅੰਦਨ ਆਦਿਕ ਸਾਦਰ ਸਾਰੀ, ਦੇ ਦੇ ਕਰ ਵਿਸ਼ਰਾਮ ਉਤਾਰੀ, ਜਥਾ ਸ਼ਬਦ ਸਭ ਸੇਵਾ ਖਾਂਦੀ, ਲਿਆਏ ਵੈਰ ਤੇ ਨਿਰਮਲ ਪਾਨੀ। ਰਥ ਆਦਿ ਜੋ ਆਦਰ ਯੋਗ, ਇਹ ਰਥਾਂ ਨੂੰ ਆਦਰ ਯੋਗ ਭਲਾ ਕਿਉਂ ਲਿਖਿਆ ਗੁਰੂ ਪਿਆਰ ਵਾਲਿਓ? ਇੱਕ ਰਥ ਵਿੱਚ ਸਤਿਗੁਰਾਂ ਦੇ ਸਤਿਕਾਰੇ ਯੋਗ ਮਾਤਾ ਨਾਨਕੀ ਜੀ ਸਵਾਰ ਸਨ, ਅਤੇ ਦੂਸਰੇ ਵਿੱਚ ਸਤਿਗੁਰਾਂ ਦੇ ਮਹਿਲ ਮਾਤਾ ਗੁਜਰ ਕੌਰ ਜੀ ਸਵਾਰ ਨੇ। ਬੜੇ ਆਦਰ ਸਹਿਤ ਇਹਨਾਂ ਰਥਾਂ ਨੂੰ ਘਰ ਦੇ ਬਾਹਰਲੇ ਪਾਸੇ ਖੁਲਵਾਇਆ ਗਿਆ ਅਤੇ ਸਤਿਗੁਰਾਂ ਦੇ ਮਹਿਲ ਅਤੇ ਸਤਿਕਾਰ ਯੋਗ ਮਾਤਾ ਨੂੰ ਫਿਰ ਆਪਣੇ ਗ੍ਰਹਿ ਵਿਖੇ ਲਿਆਉਣਾ ਕੀਤਾ। ਜਿਤਨੇ ਵੀ ਸਿੱਖ ਸੀ ਨਾ, ਫਿਰ ਉਹ ਆਪਣੇ ਸਾਜੋ ਸਮਾਨ ਦੇ ਲਾਗੇ ਇਹਨਾਂ ਦੇ ਡੇਰੇ ਕਰਵਾਏ ਗਏ।
ਕਿਉਂਕਿ ਸਮਾਨ ਦਾ ਵੀ ਖਿਆਲ ਰੱਖਣਾ ਜ਼ਰੂਰੀ, ਬੜਾ ਕੀਮਤੀ ਸਮਾਨ ਰੱਥਾ ਗੜਬਹਿਲਾ ਵਿੱਚ ਇੱਥੇ ਫਿਰ ਇਹਨਾਂ ਦੇ ਡੇਰੇ ਲਗਵਾਣਾ ਕੀਤੇ ਹੈ। ਖਾਣ ਪਾਣ ਨੇਕੇ ਕਰਵਾਇਓ ਅਤੇ ਘਰ ਦੇ ਵਿੱਚ ਜਿਹੜਾ ਕਹਿਣਾ ਕੀਤਾ ਹੋਇਆ ਸੀ ਭਾਗਾਂ ਵਾਲੀ ਧਰਮ ਸੁਪਤਨੀ ਨੇ ਹੋਰ ਬੀਬੀਆਂ ਨੂੰ ਸਾਥ ਵਿੱਚ ਲਗਾ ਕੇ ਅਤੇ ਫਿਰ ਸਤਨਾਮ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕਰਵਾਉਣਾ ਕੀਤਾ। ਬੜੇ ਸੋਹਣੇ ਢੰਗ ਦੇ ਨਾਲ ਇਸ ਸਿੱਖ ਨੇ ਅਤੇ ਇਹਦੀ ਧਰਮ ਸੁਪਤਨੀ ਨੇ ਸਤਿਗੁਰਾਂ ਦੇ ਅਤੇ ਸਤਿਗੁਰਾਂ ਦੇ ਸਤਿਕਾਰਯੋਗ ਮਾਤਾ ਅਤੇ ਸਤਿਗੁਰਾਂ ਦੇ ਮਹਿਲ ਮਾਤਾ ਗੁਜਰ ਕੌਰ ਜੀ ਦੇ ਆਪਣੇ ਹੱਥੀਂ ਸੇਵਾ ਕਰਨਾ ਕੀਤੀ ਹੈ। ਲੰਗਰ ਪ੍ਰਸ਼ਾਦਾ ਫਿਰ ਬੜੇ ਸੋਹਣੇ ਢੰਗ ਦੇ ਨਾਲ ਕਰਵਾਇਆ, ਸੋਹਣੇ ਵਸਤਰ ਵਿਸਾ ਕਰਕੇ ਆਰਾਮ ਪ੍ਰਵਾਨ ਕਰਨਾ ਕੀਤਾ। ਇਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਾਰਨੇ ਨਗਰ ਵਿਖੇ ਇਸ ਸਿੱਖ ਦੇ ਘਰ ਆਰਾਮ ਕੀਤਾ ਅਤੇ ਅੰਮ੍ਰਿਤ ਵੇਲਾ ਹੋਇਆ ਅਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਾਗੇ ਹੈ। ਸੋ ਪਤ ਜਥਾ ਸੁਖ ਮੈਂ ਸਮੇਂ ਬਤਾਇਓ, ਨਿਸ ਬਸਰਾਮ ਉੱਠੇ ਲੱਗ ਜਾਮ, ਸੰਗੇ ਸਿਮਰਤ ਭੇ ਸਤਨਾਮ। ਕਿ ਅੰਮ੍ਰਿਤ ਵੇਲੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਹੋਏ, ਚੌਂਕੜੇ ਲਗਾ ਕੇ ਅਤੇ ਸਤਨਾਮ ਦੇ ਕੀਰਤਨ ਦੇ ਨਾਲ ਜੁੜਨਾ ਕੀਤਾ। ਸਭ ਤੋਂ ਮਹਾਨ ਬਖਸ਼ਿਸ਼ ਇਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਸਿੱਖਾਂ ਨੂੰ ਦੇਣਾ ਕੀਤੀ ਹੈ ਕਿ ਸਤਨਾਮ ਦਾ ਜਿਹੜੇ ਸਿਮਰਨ ਕਰਨਗੇ ਨਾ, ਸਹਿਜੇ ਮੁਕਤੀ ਦੀਆਂ ਦਾਤਾਂ ਗੁਰੂ ਪਿਆਰ ਵਾਲਿਓ। ਪਰ ਜਾਪ ਮਨ ਕਰਕੇ ਹੋਣਾ ਚਾਹੀਦਾ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਚੱਲਦਿਆਂ ਫਿਰਦਿਆਂ ਆਪਣੇ ਕਾਰ ਵਿਹਾਰ ਕਰਦਿਆਂ ਹੋਇਆਂ ਸਤਨਾਮ ਸਤਨਾਮ ਦੀ ਆਵਾਜ਼ ਆਉਣੀ ਚਾਹੀਦੀ ਗੁਰੂ ਪਿਆਰ ਵਾਲਿਓ। ਬੀਬੀਆਂ ਜੇ ਘਰ ਦੇ ਵਿੱਚ ਚੌਂਕੇ ਭਾਂਡੇ ਦਾ ਕੰਮ ਕਰਦੀਆਂ ਅਤੇ ਸਿਮਰਨ ਕਰਕੇ ਜਿਹੜੇ ਪ੍ਰਸ਼ਾਦਾ ਪਾਣੀ ਸਤਨਾਮ ਦਾ ਸਿਮਰਨ ਕਰਕੇ ਤਿਆਰ ਹੋਵੇਗਾ ਨਾ ਗੁਰੂ ਪਿਆਰ ਵਾਲਿਓ, ਫਿਰ ਜਿਹੜੇ ਗੁਰੂ ਕੇ ਨਾਲ ਉਹ ਛਕਣਗੇ, ਕਿਉਂ ਨਹੀਂ ਉਹਨਾਂ ਦੀ ਸੁਰਤੀ ਬਿਰਤੀ ਰੱਬ ਦੇ ਨਾਮ ਨਾਲ ਜੁੜੇਗੀ। ਅਤੇ ਜਿਹੜੇ ਗੁਰੂ ਕੇ ਨਾਲ ਆਪਣੇ ਖੇਤੀ ਦੇ ਧੰਦੇ ਹਲ ਵਾਹੁੰਦੇ ਪਾਣੀ ਲਾਉਂਦੇ ਸਤਨਾਮ ਦਾ ਸਿਮਰਨ ਕਰਨਗੇ, ਫਿਰ ਉਹਨਾਂ ਫਸਲਾਂ ਦੇ ਵਿੱਚ ਕਿਉਂ ਨਹੀਂ ਬਰਕਤ ਪਏਗੀ ਗੁਰੂ ਪਿਆਰ ਵਾਲੇ। ਉੱਥੇ ਸਤਿਗੁਰਾਂ ਦੀਆਂ ਵੱਡੀਆਂ ਰਹਿਮਤਾਂ, ਪਰ ਅਫਸੋਸ ਅਸੀਂ ਇਹਨਾਂ ਗੱਲਾਂ ਤੋਂ ਦੂਰ ਚਲੇ ਗਏ। ਅਤੇ ਇਸੇ ਵਾਸਤੇ ਸਤਿਗੁਰਾਂ ਨੇ ਫਰਮਾਨ ਕਰ ਦਿੱਤਾ, ਬੇਮੁਖ ਹੋਏ ਰਾਮ ਦੇ ਲੱਗਣ ਜਨਮ ਵਜੋ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੂਪ। ਜਦੋਂ ਬੇਮੁਖਤਾ ਹੋ ਜਾਏ ਨਾ ਗੁਰੂ ਪਿਆਰ ਵਾਲਿਓ, ਫਿਰ ਅਸੀਂ ਮੁਸੀਬਤ ਵਿੱਚ ਪੈਂਦੇ ਹਾਂ। ਇਸ ਵਾਸਤੇ ਗੁਰੂ ਪਿਆਰ ਵਾਲਿਓ ਜਿੱਥੇ ਰੱਬ ਦੇ ਘਰ ਦੀਆਂ ਕਥਾ ਕਹਾਣੀਆਂ ਸਰਵਣ ਕਰਦੇ ਹਾਂ ਨਾ, ਉੱਥੇ ਇਹਨਾਂ ਕਥਾ ਕਹਾਣੀਆਂ ਵਿੱਚੋਂ ਸਾਨੂੰ ਇਹ ਉਪਦੇਸ਼ ਪ੍ਰਾਪਤ ਹੁੰਦਾ ਜੋ ਕਿ ਸਤਿਗੁਰਾਂ ਨੇ ਬੜੀ ਵੱਡੀ ਰਹਿਮਤ ਵਰਤਾ ਕੇ ਸਾਨੂੰ ਉਪਦੇਸ਼ ਦੇਣਾ ਕੀਤਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅੰਮ੍ਰਿਤ ਵੇਲੇ ਜਾਗੇ, ਇਸ਼ਨਾਨ ਕੀਤੇ ਹੈ। ਜਿੱਥੇ ਸਤਿਗੁਰਾਂ ਨੇ ਜਾਗਣਾ ਕੀਤਾ ਉੱਥੇ ਸਤਿਗੁਰਾਂ ਦੀਆਂ ਸੰਗਤਾਂ ਨੇ ਵੀ ਜਾਗ ਕਰਕੇ ਇਸ਼ਨਾਨ ਕੀਤੇ ਅਤੇ ਰੱਬੀ ਸਿਮਰਨ ਦੇ ਨਾਲ ਜੁੜਨਾ ਕੀਤਾ ਹੈ। ਸੌ ਇਸ਼ਨਾਨ ਧਿਆਨ ਕੋ ਲਾਏ, ਉਰੇ ਪਇਓ ਜਬ ਹੁੰਦ ਨਰਾਏ, ਤਵੈ ਸਿੱਖ ਨਿਜ ਨਿਕਟ ਹੰਕਾਰਾ, ਸ੍ਰੀ ਹੇਤੁ ਉਪਦੇਸ਼ ਉਚਾਰਾ। ਕਿ ਜਿਤਨੇ ਵੀ ਸਤਿਗੁਰਾਂ ਦੇ ਸਾਥ ਵਿੱਚ ਗੁਰਸਿੱਖ ਸੀ ਨਾ,
ਇਸ ਸਿੱਖ ਨੇ ਤੇ ਇਹਦੀ ਧਰਮ ਪਤਨੀ ਨੇ ਪਾਣੀ ਲਿਆ ਕਰਕੇ ਸਾਰਿਆਂ ਦੇ ਇਸ਼ਨਾਨ ਕਰਵਾਉਣਾ ਕੀਤੇ ਹੈ। ਇਹ ਸੇਵਾ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੋਈ। ਘਰ ਦੇ ਵਿੱਚ ਰੱਬ ਪਹੁੰਚਿਆ ਹੋਇਆ, ਘਰ ਦੇ ਵਿੱਚ ਰੱਬ ਪਹੁੰਚਿਆ ਹੋਇਆ ਅਤੇ ਸੁਭਾਗ ਸਮਾਂ ਪ੍ਰਾਪਤ ਹੋ ਗਿਆ। ਫਿਰ ਦੋਨਾਂ ਜੀਆਂ ਨੇ ਜਲ ਢੋਣਾ ਕੀਤਾ, ਸਭ ਦੇ ਇਸ਼ਨਾਨ ਕਰਵਾਉਣਾ ਕੀਤੇ ਹੈ ਅਤੇ ਜਿਵੇਂ ਜਿਵੇਂ ਇਸ ਘਰ ਦੇ ਵਿੱਚ ਸਿਮਰਨ ਹੋਇਆ ਸਮਾਂ ਆਪਣੀ ਚਾਲ ਚੱਲਦਾ ਗਿਆ ਅਤੇ ਸੂਰਜ ਉਦੇ ਹੋਣਾ ਕੀਤਾ। ਦਿਨ ਚੜ੍ਹ ਗਿਆ, ਸੂਰਜ ਚੜ੍ਹਿਆ ਅਤੇ ਫਿਰ ਸਤਿਗੁਰਾਂ ਨੇ ਸਿੱਖ ਨੂੰ ਆਪਣੇ ਪਾਸ ਬੁਲਾ ਕੇ ਅਤੇ ਮੁਕਤੀ ਦਾ ਉਪਦੇਸ਼ ਦੇਣਾ ਕੀਤਾ। ਸਤਿਗੁਰਾਂ ਨੇ ਸ੍ਰੇ ਹੇਤ ਉਪਦੇਸ਼ ਉਚਾਰਾ, ਸਤਿਗੁਰਾਂ ਨੇ ਨਾ ਆਪਣੇ ਗੁਰਸਿੱਖ ਨੂੰ ਮੁਕਤੀ ਦੀ ਦਾਤ ਦੇਣ ਵਾਸਤੇ ਫਿਰ ਇਹ ਉਪਦੇਸ਼ ਉਚਾਰਨ ਕੀਤਾ ਕਿ ਗੁਰਸਿੱਖਾ ਤੁਹਾਡੇ ਸਾਥ ਤੁਹਾਡੇ ਘਰ ਦੇ ਵਿੱਚ ਡੇਰਾ ਕੀਤਾ ਅਤੇ ਫਿਰ ਅਸੀਂ ਰੱਬ ਦੇ ਘਰ ਦਾ ਸੁਨੇਹਾ ਤੈਨੂੰ ਲਾਉਣ ਵਾਸਤੇ ਆਏ ਹਾਂ। ਇੱਕ ਮਨ ਚਿੱਤ ਹੋ ਕੇ ਉਹਦੇ ਘਰ ਦੀ ਸਿਰ ਸਲਾਨ ਕਰ ਅਤੇ ਮੁਕਤੀ ਦੀਆਂ ਦਾਤਾਂ ਪ੍ਰਾਪਤ ਕਰ। ਜਨਮ ਮਰਨ ਦੇ ਗੇੜੀ ਮਿਟ ਜਾਣਗੇ, ਜਨਮ ਮਰਨ ਦੇ ਦੁੱਖ ਵਿੱਚ ਨਹੀਂ ਪੈਣਾ ਪਵੇਗਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣੇ ਪਿਆਰੇ ਗੁਰਸਿੱਖ ਨੂੰ ਫਿਰ ਮੁਕਤੀ ਦਾ ਉਪਦੇਸ਼ ਦੇਣਾ ਕਰਦੇ ਹਨ। ਗਦਾ ਧੂਮ ਬੰਸ ਤਾ ਤਿਆਗੋ, ਅਤ ਗਲਾ ਨਿਸ਼ਤੇ ਧਰ ਭਾਗੋ, ਸਿੱਖ ਸੰਤਨ ਸੇਵਾ ਮੈਂ ਲਾਗੋ, ਅਜੋ ਵੰਡ ਕਰ ਕੀਰਤਨ ਰਾਗੋ। ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਪਤਾ ਕੀ ਕਹਿੰਦੇ, ਕਹਿੰਦੇ ਸਿੱਖਾ ਘਰ ਦੇ ਵਿੱਚ ਤੰਬਾਕੂ ਦਾ ਸੇਵਨ ਨਹੀਂ ਹੋਣਾ ਚਾਹੀਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਸਿੱਖਾ ਘਰ ਦੇ ਵਿੱਚ ਤੰਬਾਕੂ ਦਾ ਸੇਵਨ ਨਹੀਂ ਹੋਣਾ ਚਾਹੀਦਾ। ਗੰਦਾ ਧੂਮ ਬੰਸ ਤੈ ਤਿਆਗੋ, ਅਤ ਗਲਾਨ ਇਸ ਤੇ ਧਰ ਭਾਗੋ, ਕਿ ਅਤਿ ਇਹਦੇ ਤੋਂ ਨਫ਼ਰਤ ਕਰਕੇ ਨਾ ਤੁਸਾਂ ਨੇ ਇਹਦੇ ਤੋਂ ਦੂਰੀ ਬਣਾ ਕੇ ਰਹਿਣਾ। ਤੰਬਾਕੂ ਦਾ ਸੇਵਨ ਨਹੀਂ ਕਰਨਾ, ਇਹਦੇ ਤੋਂ ਨਫ਼ਰਤ ਕਰਨੀ ਹੈ। ਅਤ ਗਲਾਨ, ਅਤ ਗਲਾਨ ਦਾ ਮਤਲਬ ਹੋਣਾ ਕਿ ਕਿਸੇ ਚੀਜ਼ ਤੋਂ ਨਫ਼ਰਤ ਕਰਨਾ। ਮੈਨੂੰ ਤਾਂ ਵੀ ਬੜੀ ਗਲਿਆਨ ਆਉਂਦੀ ਹੈ ਇਹਨੂੰ ਦੇਖ ਕੇ। ਨਫ਼ਰਤ ਕਰਕੇ ਸਤਿਗੁਰੂ ਜੀ ਕਹਿੰਦੇ ਇਹਦੇ ਤੋਂ ਗੁਰਸਿੱਖਾਂ ਦੂਰ ਰਹਿਣਾ ਹੈ। ਸਿੱਖ ਸੰਤਨ ਸੇਵਾ ਮੈਂ ਲਾਗੋ, ਅਤੇ ਸਿੱਖ ਸੰਤਾਂ ਦੀ ਸੇਵਾ ਦੇ ਵਿੱਚ ਆਪਣੇ ਮਨ ਨੂੰ ਲਗਾ ਕੇ ਰੱਖਣਾ ਹੈ। ਭੁੱਖਿਆਂ ਨੂੰ ਪ੍ਰਸ਼ਾਦਾ, ਤਨ ਤੋਂ ਨੰਗਿਆਂ ਨੂੰ ਵਸਤਰ। ਗੁਰਸਿੱਖਾ ਇਹ ਸਭ ਤੋਂ ਵੱਡਾ ਦਾਨ ਹੈ, ਇਹਦਾ ਮੁਕਾਬਲਾ ਕੋਈ ਦਾਨ ਨਹੀਂ ਕਰ ਸਕਦਾ। ਪੇਟ ਤੋਂ ਭੁੱਖਿਆਂ ਨੂੰ ਪ੍ਰਸ਼ਾਦਾ, ਤਨ ਤੋਂ ਨੰਗਿਆਂ ਨੂੰ ਵਸਤਰ, ਇਹ ਸਭ ਤੋਂ ਵੱਡਾ ਪੁੰਨ ਦਾਨ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਗੁਰਸਿੱਖਾਂ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਦੇ ਵਿੱਚ ਮਨ ਨੂੰ ਲਗਾ ਕੇ ਰੱਖਣਾ ਹੈ। ਅਜੋ ਵੰਡ ਕਰ ਕੀਰਤਨ ਰਾਗੋ, ਕਿ ਪ੍ਰੇਮ ਦੇ ਨਾਲ ਆਪਣੀ ਕਿਰਤ ਵਿਰਤ ਵੰਡ ਕੇ ਛਕਣੀ ਹੈ। ਕਿਉਂਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ ਨਾਮ ਜਪੋ ਵੰਡ ਛਕੋ। ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਮਹਾਰਾਜ ਨੇ ਸਾਨੂੰ ਇਹ ਬਖਸ਼ਿਸ਼ ਦੇਣਾ ਕੀਤੀ ਹੈ। ਵੰਡ ਛਕੋ, ਨਾਮ ਜਪੋ ਅਤੇ ਕਿਰਤ ਕਰੋ। ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚ ਵੱਡਾ ਇਤਫਾਕ ਹੈ। ਗੁਰੂ ਪਿਆਰ ਵਾਲਿਓ, ਵੱਡੇ ਵਾਧੇ ਨੇ ਜਿਹੜੇ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਦੇ। ਇਹ ਵੀ ਇੱਕ ਬੰਦਗੀ ਹੈ, ਕਹਿਣ ਦਾ ਭਾਵ ਭਗਤੀ ਹੈ।
ਜਿਹੜੇ ਕਿ ਆਪਣੇ ਦਸਾਂ ਨੌਵਾਂ ਦੀ ਕਿਰਤ ਵਿਰਤ ਕਰਕੇ ਛਕਦੇ ਹੈ। ਸਤਿਗੁਰੂ ਜੀ ਮਹਾਰਾਜ ਕਹਿੰਦੇ ਵੰਡ ਕੇ ਗੁਰਸਿੱਖਾਂ ਛਕਣਾ ਹੈ ਅਤੇ ਤੰਬਾਕੂ ਦੇ ਨੇੜੇ ਨਹੀਂ ਜਾਣਾ ਹੈ। ਦੋਏ ਲੋਕਨ ਮੈਂ ਗੁਰੂ ਸਹਾਏ, ਦੁੱਖ ਤੇ ਦੇ ਕਰ ਹੱਥ ਬਚਾਏ, ਜਾਵ ਤਮ ਕੁਲ ਗੰਦਾ ਧੂਮ, ਤਿਆਗੈ ਕਿਰਖੀ ਕਰੇ ਨਿਜ ਘੂਮ। ਕਿ ਜੇ ਤੁਸੀਂ ਇਹ ਬਚਨਾਂ ਨੂੰ ਬੰਨੋਗੇ ਨਾ, ਦੋਹਾਂ ਲੋਕਾਂ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਹਾਡੇ ਸਹਾਈ ਹੋਣਗੇ। ਦੋਹਾਂ ਲੋਕਾਂ ਵਿੱਚ ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਲੋਕ ਤੇ ਪਰਲੋਕ ਤੁਹਾਡਾ ਸਮਰ ਜਾਏਗਾ। ਦੋਹਾਂ ਲੋਕਾਂ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਹਾਡੀ ਸਹਾਇਤਾ ਕਰਨਗੇ, ਦੁੱਖ ਤੇ ਦੇਖ ਕਰ ਹੱਥ ਬਚਾਏ। ਜੇ ਕਿਸੇ ਢੰਗ ਨਾਲ ਕੋਈ ਦੁੱਖ ਆਏਗਾ ਵੀ ਨਾ, ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਵਾਲਾ ਹੱਥ ਰੱਖ ਕੇ ਬਚਾ ਲੈਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਪਿਆਰ ਵਾਲਿਓ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਐਸਾ ਘਰ ਹੈ ਸਮਰੱਥ, ਆਪਣੇ ਸੇਵਕਾਂ ਦੇ ਵੱਡੇ ਵੱਡੇ ਦੁੱਖ ਸੁਪਨਿਆਂ ਵਿੱਚ ਵੀ ਟਾਲ ਦਿੰਦੇ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਘਰ ਦੀ ਸਮਰੱਥ ਹੈ, ਇਸ ਘਰ ਦੇ ਹਿੱਸੇ ਵਿੱਚ ਆਇਆ, ਵਰਨਾ ਹੋਰ ਕੋਈ ਵੀ ਇੱਦਾਂ ਦੀ ਬਖਸ਼ਿਸ਼ ਨਹੀਂ ਕੋਈ ਘਰ ਦੇ ਸਕਦਾ, ਇਸ ਘਰ ਦੀ ਕੋਈ ਬਰਾਬਰਤਾ ਨਹੀਂ ਕਰ ਸਕਦਾ। ਸੁਪਨਿਆਂ ਵਿੱਚ ਵੱਡੇ ਵੱਡੇ ਦੁੱਖ ਆਪਣੇ ਸੇਵਕਾਂ ਦੇ ਟਾਲ ਦਿੰਦੇ ਹੈ। ਇਹ ਸ਼ਰਨ ਪਿਆ ਦੀ ਲਾਜ ਰੱਖਣ ਵਾਲਾ ਘਰ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਦੁੱਖ ਤੋਂ ਹੱਥ ਦੇ ਕੇ ਬਚਾ ਲੈਣਗੇ। ਜਦ ਤੱਕ ਤੁਹਾਡੀ ਅੰਸ ਬੰਸ ਦੇ ਵਿੱਚ ਤੰਬਾਕੂ ਨਹੀਂ ਨਾ ਆਏਗਾ, ਉਤਨਾ ਚਿਰ ਤੁਹਾਡੀ ਚੜ੍ਹਦੀ ਕਲਾ ਰਹੇਗੀ। ਤਿਆਗੈ ਕਿਰਖੀ ਕਰੇ ਨਿਜ ਭੂਮ, ਕਿ ਇਸ ਨੂੰ ਤਿਆਗ ਕੇ ਤੁਸੀਂ ਆਪਣੀ ਖੇਤੀ ਕਰਨੀ ਹੈ, ਇਹਨੂੰ ਤਿਆਗ ਕਰਕੇ ਆਪਣੀ ਖੇਤੀ ਕਰਨੀ ਹੈ। ਵਧੇ ਅਦਕ ਤੁਮਰੇ ਧੰਨ ਧਾਨ, ਜਿਵੇਂ ਜਿਵੇਂ ਤੁਸੀਂ ਇਸ ਨੂੰ ਤਿਆਗ ਕੇ ਖੇਤੀ ਕਰੋਗੇ, ਬਹੁਤ ਸਾਰਾ ਤੁਹਾਡਾ ਅਨਾਜ ਹੋਏਗਾ ਅਤੇ ਬੜਾ ਸਾਰਾ ਧੰਨ ਤੁਹਾਡੇ ਪਾਸ ਰਹੇਗਾ। ਕਿਸੇ ਤਰ੍ਹਾਂ ਦੀਆਂ ਗਿਣਤੀਆਂ ਮਿਣਤੀਆਂ ਨਹੀਂ ਰਹਿ ਜਾਣਗੀਆਂ। ਗੁਰੂ ਪਿਆਰ ਵਾਲਿਓ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਸਿੱਖਾ, ਜਿਤਨਾ ਤਰ ਤੇਰੀ ਅੰਸ ਬੰਸ ਤੰਬਾਕੂ ਤੋਂ ਦੂਰ ਰਹੇਗੀ ਨਾ, ਕਿਸੇ ਤਰ੍ਹਾਂ ਦੀ ਕੋਈ ਘਾਟ ਹੀ ਨਹੀਂ ਆਏਗੀ। ਵਾਧੂ ਅਨਾਜ ਹੋਏਗਾ ਅਤੇ ਵਾਧੂ ਧੰਨ ਤੇਰੇ ਪਾਸ ਰਹਿਣਾ ਕਰੇਗਾ। ਧਾਮ ਵਿਖੇ ਕੋ ਮਹਿਕ ਮਹਾਨ, ਕਿ ਘਰ ਦੇ ਵਿੱਚ ਗਊਆਂ ਅਤੇ ਮੱਝਾਂ ਦਾ ਵਾੜਾ ਹੀ ਭਰਿਆ ਰਹੇਗਾ, ਦੁੱਧ ਦੀਆਂ ਲਹਿਰਾਂ ਬਹਿਰਾਂ ਹੋ ਜਾਣਗੀਆਂ। ਧਾਮ ਵਿਖੇ ਗੋ ਮਹਿਕ ਮਹਾਨ, ਗੋ ਦਾ ਮਤਲਬ ਗਾਵਾਂ ਅਤੇ ਮਹਿਕ ਮੱਝਾਂ, ਗਾਵਾਂ ਅਤੇ ਮੱਝਾਂ ਬੇਅੰਤੀ ਤੇਰੇ ਘਰ ਦੇ ਵਿੱਚ ਵਾੜੇ ਭਰੇ ਰਹਿਣਗੇ, ਦੁੱਧ ਦੀਆਂ ਲਹਿਰਾਂ ਬਹਿਰਾਂ ਹੋ ਜਾਣਗੀਆਂ। ਗੁਰੂ ਕੇ ਸਿੱਖਾ, ਕਿਸੂ ਵਸਤ ਕੇ ਕਮੀ ਨਾ ਹੋਏ, ਕਿਸੇ ਤਰ੍ਹਾਂ ਦੀ ਕੋਈ ਥੋੜ ਨਹੀਂ ਆਏ, ਕੋਈ ਥੋੜ ਨਹੀਂ ਆਏਗੀ। ਸਾਫ ਸੁਖ ਪਾਏ ਬੰਸ ਮੈਂ ਜੋਏ, ਤੁਹਾਡੀ ਅੰਸ ਬੰਸ ਫਿਰ ਵੱਡਾ ਸੁਖ ਆਨੰਦ ਮਾਨਣਾ ਕਰੇਗੀ। ਉੱਥੇ ਦੁੱਖਾਂ ਨੂੰ ਕੋਈ ਥਾਂ ਨਹੀਂ, ਉੱਥੇ ਸੁਖ ਹੀ ਸੁਖ, ਆਨੰਦ ਹੀ ਆਨੰਦ ਅਤੇ ਖੁਸ਼ੀ ਖੇੜਾ ਬਣਿਆ ਰਹੇਗਾ। ਜਿਤਨਾ ਚਿਰ ਤੁਹਾਡੀ ਅੰਸ ਬੰਸ ਦੇ ਵਿੱਚ ਤੰਬਾਕੂ ਨਹੀਂ ਆਏਗਾ, ਫਿਰ ਇੱਥੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਲਹਿਰਾਂ ਹੀ ਲੱਗ ਜਾਣਗੀਆਂ। ਕਿਉਂਕਿ ਗੁਰੂ ਪਿਆਰ ਵਾਲਿਓ,
ਜਿਸ ਪਾਸ ਤੰਬਾਕੂ ਹੈ ਨਾ, ਫਿਰ ਗੁਰੂ ਪਿਆਰ ਵਾਲੇ ਤੁਸੀਂ ਆਪ ਹੀ ਦੇਖ ਲਿਓ ਕਿੱਦਾਂ ਦੇ ਹਾਲਾਤ ਹੁੰਦੇ ਹੈ। ਜੇ ਬੰਦਾ ਵੱਡੀ ਕੁੱਲ ਵਿੱਚ ਜਨਮ ਲੈ ਕੇ ਅਤੇ ਇਹੋ ਜਿਹੀਆਂ ਚੀਜ਼ਾਂ ਦਾ ਸੇਵਨ ਕਰਦਾ ਨਾ, ਅਤੇ ਫਿਰ ਇਸ ਘਰ ਵੱਲੋਂ ਬੜੀ ਸਾਰੀ ਉਹਨਾਂ ਨੂੰ ਮਾਰ ਵੀ ਪੈਂਦੀ, ਗੁਰੂ ਪਿਆਰ ਵਾਲੇ ਮਾਰ ਵੀ ਪੈਂਦੀ ਹੈ। ਇਸ ਵਾਸਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਮਝਾ ਰਹੇ ਆ ਸਿੱਖਾ, ਇਸ ਕੰਮ ਤੋਂ ਵੱਡੀ ਨਫ਼ਰਤ ਕਰਕੇ ਤੁਸਾਂ ਨੇ ਦੂਰ ਰਹਿਣਾ। ਜਿਵੇਂ ਨਫ਼ਰਤ ਕਰਕੇ ਦੂਰ ਰਹੋਗੇ ਤਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਹੀ ਕਿਰਪਾ ਹੋ ਜਾਏਗੀ। ਜੇ ਤੁਹਾਡੀ ਹੰਸ ਬੰਸ ਸਮਾਂ ਪਾ ਕੇ ਤੰਬਾਕੂ ਦਾ ਸੇਵਨ ਕਰੇਗੀ, ਤਬ ਕੁਲ ਰੰਗ ਹੋਏ ਧਨਹਾਨ, ਫਿਰ ਤੁਹਾਡੀ ਹੰਸ ਬੰਸ ਮਹਾਂਗਰੀਬ ਹੋ ਜਾਏਗੀ, ਕੰਗਾਲ ਹੋ ਜਾਏਗੀ, ਸਾਰਾ ਅੰਨ ਧਨ ਜਾਂਦਾ ਰਹੇਗਾ, ਕੁਛ ਵੀ ਪੱਲੇ ਬਚੇਗਾ ਨਹੀਂ। ਜੇ ਤੁਹਾਡੀ ਹੰਸ ਬੰਸ ਫੇਰ ਇਸ ਪਾਸੇ ਵੱਲ ਆਏਗੀ ਤਾਂ ਕੰਗਾਲੀ ਦੇ ਦੌਰ ਵਾਲੇ ਪਾਸੇ ਕੰਮ ਚੱਲ ਪਵੇਗਾ, ਕੁਛ ਵੀ ਪੱਲੇ ਰਹੇਗਾ ਨਹੀਂ। ਸੁਣ ਸਤਿਗੁਰ ਕੇ ਪਾਇਨ ਭਰੋ, ਗੁਰ ਉਪਦੇਸ਼ ਧਰੋਰ ਕਰੋ। ਹੁਣ ਜਦੋਂ ਸਤਿਗੁਰਾਂ ਨੇ ਇਹ ਬਚਨ ਛੱਡੇ, ਸਤਿਗੁਰਾਂ ਦੇ ਬਚਨ ਸੁਣ ਕਰਕੇ ਇਹ ਬਾਰਨੇ ਦਾ ਸਿੱਖ ਸਤਿਗੁਰਾਂ ਦੇ ਚਰਨਾਂ 'ਤੇ ਢਹਿ ਪਿਆ ਅਤੇ ਸਤਿਗੁਰਾਂ ਦੇ ਦਿੱਤੇ ਹੋਏ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਇਹ ਧੰਤਾ ਦਾ ਜੋਗ ਬਣ ਗਿਆ। ਇਹਦੇ ਘਰ ਦੇ ਉੱਤੇ ਬੜੀਆਂ ਸਾਰੀਆਂ ਸਤਿਗੁਰਾਂ ਦੀਆਂ ਰਹਿਮਤਾਂ ਵਰਤੀਆਂ, ਇਹਨੇ ਕਮਾਈ ਕਰਕੇ ਅਤੇ ਫਿਰ ਵੱਡੀ ਬਖਸ਼ਿਸ਼ ਲੈ ਕੇ ਆਨੰਦ ਪ੍ਰਸੰਨ ਹੋਣਾ ਕੀਤਾ, ਖੁਸ਼ੀ ਖੇੜਾ ਲੈਣਾ ਕੀਤਾ। ਇੱਦਾਂ ਕਹਿ ਲਓ, ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਹਰ ਪਵੇ ਆਪੇ ਮੇਲੇ। ਲੋਕ ਵੀ ਸਵਰ ਗਿਆ ਅਤੇ ਪਰਲੋਕ ਵੀ ਸਵਰ ਗਿਆ। ਸੋ ਅੱਜ ਇੱਥੇ ਸਮਾਪਤੀ, ਕੱਲ੍ਹ ਨੂੰ ਫਿਰ ਸਤਿਗੁਰੂ ਜੀ ਕਿਰਪਾ ਕਰਨਗੇ। ਇਸ ਤੋਂ ਅੱਗੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਾਰਨੇ ਨਗਰ ਤੋਂ ਜਿਸ ਪਾਸੇ ਵੱਲ ਕੂਚ ਕਰਨਗੇ, ਜੇ ਸਤਿਗੁਰਾਂ ਦੀ ਕਿਰਪਾ ਹੋਏਗੀ ਤਾਂ ਕੱਲ੍ਹ ਆਪ ਗੁਰੂ ਦੀਆਂ ਸਿੱਖ ਸੰਗਤਾਂ ਨੂੰ ਸ਼ਰਵਣ ਕਰਵਾਇਆ ਜਾਏਗਾ। ਬੇਨਤੀ ਕਰਾਂਗੇ ਜਿਤਨਾ ਵੀ ਹੋ ਸਕੇ ਮਨ ਬਿਰਤੀ ਇਕਾਗਰ ਕਰਕੇ ਗੁਰੂ ਚਰਣਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ, ਪਵਿੱਤਰ ਇਤਿਹਾਸ ਸੁਣ ਕਰਕੇ, ਮੰਨ ਕਰਕੇ, ਹਿਰਦੇ ਵਿੱਚ ਵਸਾ ਕੇ ਲਾ ਕੇ ਲੈ ਕੇ ਧੰਤਾ ਦੇ ਯੋਗ ਬਣੀਏ। ਸਤਿਗੁਰੂ ਜੀ ਸਮਰੱਥ ਨੇ, ਕਿਰਪਾ ਦੇ ਦਾਤੇ ਹੈ, ਸਾਡੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਗੇ, ਸਾਡਾ ਵੀ ਜੀਵਨ ਸਰ ਜਾਏਗਾ ਅਤੇ ਅਸੀਂ ਵੀ ਧੰਤਾ ਦੇ ਯੋਗ ਬਣ ਜਾਵਾਂਗੇ। ਕਥਾ ਕਰਦਿਆਂ ਤੋਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਨ ਪਿਤਾ, ਉੱਥੇ ਆਪ ਰੱਬ ਵਰਗੀਆਂ ਗੁਰੂ ਦੀਆਂ ਸਿੱਖ ਸੰਗਤਾਂ ਜੁੜ ਬੈਠੇ ਹੋ, ਕਿਰਪਾ ਕਰਿਓ, ਆਪਣੇ ਦਾਸਾਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਿਓ ਤਾਂ ਕਿ ਦੁਸ਼ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਦੀ ਇਤਿਹਾਸਾਂ ਦੀ ਸੇਵਾ ਕਰਕੇ ਧੰਤਾ ਦੇ ਯੋਗ ਬਣ ਸਕੀ। ਬਹੁਤ ਬਹੁਤ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨ੍ਹਾਂ ਨੇ ਕਿਰਪਾ ਸਤਿਕਾਰ ਦੁਸ਼ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਦੀ ਇਤਿਹਾਸਾਂ ਦੀ ਸੇਵਾ ਕੀਤੀ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਆਪਣੇ ਦਾਸਾਂ ਦੇ ਸਿਰ 'ਤੇ ਮਿਹਰਾਂ ਦਾ ਹੱਥ ਰੱਖਣ ਅਤੇ ਦਾਸ ਇਸੇ ਤਰ੍ਹਾਂ ਹੀ ਆਪ ਸੰਗਤਾਂ ਦੇ ਚਰਨਾਂ ਦੀ ਇਤਿਹਾਸਾਂ ਦੀ ਸੇਵਾ ਕਰਕੇ ਧੰਤਾ ਦੇ ਯੋਗ ਪਾਉਂਦੇ ਰਹੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਹੋਈਆਂ ਭੁੱਲਾਂ ਦੀ ਸ਼ਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।